ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦਾ ਸਵਾਗਤ ਹੈ। ਇਸ ਸ਼ੋਅ ਨੂੰ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਇਲਾਵਾ ਚੈਨਲ ਪੰਜਾਬੀ ਦੇ ਦਰਸ਼ਕ ਵੀ ਦੇਖ ਸਕਦੇ ਨੇ। ਅੱਜ ਆਪਾਂ ਗੱਲ ਕਰਾਂਗੇ ਹਾਲ ਹੀ ਵਿੱਚ ਖਤਮ ਹੋਏ ਸੰਸਦ ਦੇ ਮੌਨਸੂਨ ਸੈਸ਼ਨ ਦੀ, ਜਿਸ ਵਿੱਚ ਰੌਲੇ ਰੱਪੇ ਕਰਕੇ ਕੋਈ ਕੰਮਕਾਜ ਨਹੀਂ ਹੋ ਸਕਿਆ। ਇਸ ਲਈ ਕੌਣ ਜ਼ਿੰਮੇਵਾਰ ਹੈ? NDA ਸਰਕਾਰ ਯਾਨੀ ਭਾਜਪਾ ਜਾਂ ਫਿਰ ਵਿਰੋਧੀ ਧਿਰ, ਖਾਸ ਕਰਕੇ ਕਾਂਗਰਸ ਪਾਰਟੀ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ, ਪਰ ਉਸ ਤੋਂ ਪਹਿਲਾਂ ਮੈਂ ਨਵੇਂ ਜੁੜੇ ਦਰਸ਼ਕਾਂ ਨੂੰ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:00 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ। ਕੈਨੇਡਾ ਦੇ ਕੁਝ ਹਿੱਸਿਆਂ 'ਚ ਇਸ ਸ਼ੋਅ ਨੂੰ ਸਾਡੇ ਦਰਸ਼ਕ ਲਾਈਵ ਨਹੀਂ ਦੇਖ ਸਕਦੇ, ਯਾਨੀ ਉਹ ਨਾਲ ਸਵਾਲ ਜਵਾਬ ਨਹੀਂ ਕਰ ਸਕਦੇ। ਇਸ ਵਿੱਚ ਹਾਲੇ ਤੱਕ ਉਹ ਹਿੱਸਾ ਨਹੀਂ ਲੈ ਸਕਦੇ, ਪਰ ਇਹ ਸਿਰਫ ਥੋੜ੍ਹੇ ਦਿਨਾਂ ਦੀ ਹੀ ਗੱਲ ਹੈ। ਇਸ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ, ਜਦੋਂ ਤੁਸੀਂ ਸਾਰੇ ਦਰਸ਼ਕ ਪੁਰਾਣੀ ਰਿਕਾਰਡਿੰਗ ਸੁਣ ਸਕਦੇ ਜੇ। ਵੈਸੇ ਪੁਰਾਣੇ ਸ਼ੋਅ ਯੂਟਿਊਬ 'ਤੇ ਉਪਲਬਧ ਨੇ, ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਜ਼ਰੂਰ ਦੇਖ ਸਕਦੇ ਜੇ। ਹੁਣ ਅੱਜ ਦਾ ਮਸਲਾ, ਵੀਰਵਾਰ ਨੂੰ 15ਵੀਂ ਲੋਕ ਸਭਾ ਦਾ 23 ਦਿਨਾਂ ਦਾ ਮੌਨਸੂਨ ਸੈਸ਼ਨ ਬਿਨਾਂ ਕੰਮਕਾਜ ਦੇ ਉੱਠ ਗਿਆ। ਕੁਝ ਦਿਨ ਪਹਿਲਾਂ ਵੀ ਅਸੀਂ ਇਹ ਮਸਲਾ ਇਸੇ ਸ਼ੋਅ ਦੇ ਵਿੱਚ ਵਿਚਾਰਿਆ ਸੀ, ਪਰ ਸਾਨੂੰ ਉਮੀਦ ਸੀ ਕਿ ਉਸ ਤੋਂ ਬਾਅਦ ਕੁਝ ਕੰਮਕਾਜ ਜ਼ਰੂਰ ਹੋਵੇਗਾ। ਪਰ ਜੇ ਸਾਰੇ ਸੈਸ਼ਨ ਦਾ ਹੁਣ ਜਾਇਜ਼ਾ ਲਈਏ ਤਾਂ ਇਹ ਇੱਕ ਤਰੀਕੇ ਨਾਲ ਟੋਟਲ ਵਾਸ਼ਆਊਟ ਸੀ। ਇਸ ਸੈਸ਼ਨ ਦੇ ਕਰੀਬ ਸਾਰੇ ਦਿਨਾਂ 'ਚ ਹੀ ਹਾਲ ਦੇ ਅੰਦਰ ਅਤੇ ਹਾਲ ਦੇ ਬਾਹਰ ਹੰਗਾਮਾ, ਜ਼ਬਰਦਸਤ ਹੰਗਾਮਾ ਜਿਹੜਾ ਵਾ ਉਹ ਹੁੰਦਾ ਰਿਹਾ। ਵਿਰੋਧੀ ਧਿਰ, ਖਾਸ ਕਰਕੇ ਕਾਂਗਰਸ ਪਾਰਟੀ, ਲਗਾਤਾਰ ਮੰਗ ਕਰ ਰਹੇ ਸਨ ਕਿ ਵਿਦੇਸ਼ ਮੰਤਰੀ, ਐਕਸਟਰਨਲ ਅਫੇਅਰਸ ਮਿਨਿਸਟਰ ਜਿਹੜੇ ਆ ਸੁਸ਼ਮਾ ਸਵਰਾਜ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਨਾਲ ਹੀ ਮੱਧ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਨੇ ਸ਼ਿਵਰਾਜ ਚੌਹਾਨ, ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ। ਸੁਸ਼ਮਾ ਸਵਰਾਜ ਅਤੇ ਵਸੁੰਧਰਾ ਰਾਜੇ 'ਤੇ ਇਲਜ਼ਾਮ ਹੈ ਕਿ ਉਹਨਾਂ ਨੇ ਜਾਣੇ ਮਾਣੇ ਕ੍ਰਿਕਟ ਦੇ ਜਿਹੜੇ ਪ੍ਰਬੰਧਕ ਆ, ਉਦਯੋਗਪਤੀ ਆ, IPL ਕਮਿਸ਼ਨਰ ਆ ਲਲਿਤ ਮੋਦੀ ਦੀ ਗਲਤ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਹਨਾਂ ਦੇ ਪਰਿਵਾਰਿਕ ਸੰਬੰਧ ਨੇ ਉਹਨਾਂ ਦੇ ਨਾਲ। ਲਲਿਤ ਮੋਦੀ ਉੱਤੇ ਕਈ ਤਰ੍ਹਾਂ ਦੇ ਗੰਭੀਰ ਆਰੋਪ ਨੇ। ਉਹਨਾਂ ਖਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ ਮਨੀ ਲਾਂਡਰਿੰਗ ਅਤੇ ਗਬਨ, ਮੈਚ ਫਿਕਸਿੰਗ ਵਗੈਰਾ ਦੇ ਕਈ ਤਰ੍ਹਾਂ ਦੇ ਜਾਂਚ ਜਿਹੜੀ ਆ, ਆਰੋਪਾਂ ਦੀ ਜਾਂਚ ਕਰ ਰਹੀ ਆ। ਉਹ ਕਈ ਸਾਲਾਂ ਤੋਂ ਭਾਰਤੀ ਕਾਨੂੰਨ ਦੀਆਂ ਨਜ਼ਰਾਂ ਤੋਂ ਫਰਾਰ ਨੇ ਅਤੇ ਇੰਗਲੈਂਡ ਵਿੱਚ ਰਹਿ ਰਹੇ ਨੇ, ਕਿਉਂਕਿ ਸਰਕਾਰ ਨੇ ਇਸ ਮਸਲੇ 'ਤੇ ਸਹੀ ਤਰੀਕੇ ਨਾਲ ਬਹਿਸ ਕਰਾਉਣ ਤੋਂ ਵੀ ਨਾ ਕਰ ਦਿੱਤੀ ਹੈ। ਲੋਕ ਸਭਾ ਦੇ ਵਿੱਚ ਵੀ ਬਹਿਸ ਨਹੀਂ ਹੋਈ, ਸਪੀਕਰ ਵੀ ਬਹਿਸ ਕਰਾਉਣ ਨਹੀਂ ਮੰਨੇ। ਵਿਰੋਧੀ ਧਿਰਾਂ ਨੇ, ਖਾਸ ਕਰਕੇ ਕਾਂਗਰਸ ਨੇ, ਲੋਕ ਸਭਾ ਵਿੱਚ ਕੋਈ ਕਾਰਵਾਈ ਨਹੀਂ ਹੋਣ ਦਿੱਤੀ। ਪਿਛਲੇ ਹਫ਼ਤੇ ਤੁਸੀਂ ਵੇਖਿਆ ਹੀ ਸੀ ਕਿ 25 ਕਾਂਗਰਸ ਦੇ MPs ਨੂੰ ਕੁਝ ਦਿਨਾਂ ਲਈ, ਕਰੀਬ 5 ਦਿਨਾਂ ਲਈ ਮੁਅੱਤਲ ਯਾਨੀ ਸਸਪੈਂਡ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਮੁਅੱਤਲ ਹੋਏ MPs ਅਤੇ ਹੋਰ ਕਾਂਗਰਸ ਦੇ ਨੇਤਾ ਜਿਹੜੇ ਉਹ ਪਾਰਲੀਮੈਂਟ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਦੇ ਕੋਲ ਉੱਥੇ ਬਾਹਰ ਮੁਜ਼ਾਹਰੇ ਕਰਦੇ ਰਹੇ। ਇਹ ਮਸਲੇ ਅਤੇ ਮੱਧ ਪ੍ਰਦੇਸ਼ ਦੇ ਵਿਆਪਕ ਘੁਟਾਲੇ ਕਰਕੇ 18 ਦਿਨਾਂ ਦੇ ਰਾਜ ਸਭਾ ਵਿੱਚ ਵੀ ਕੋਈ ਬਹੁਤੀ ਕਾਰਵਾਈ ਨਹੀਂ ਹੋ ਸਕੀ। ਉੱਥੇ ਸਰਕਾਰ ਦੀ ਕੋਸ਼ਿਸ਼ ਸੀ ਕਿ ਗੁੱਡਸ ਅਤੇ ਸਰਵਿਸਿਜ਼ ਟੈਕਸ ਯਾਨੀ GST ਵਾਸਤੇ ਨਵਾਂ ਕਾਨੂੰਨ ਪਾਸ ਕੀਤਾ ਜਾਏ। ਇਸ ਨਾਲ ਸਾਰੇ ਮੁਲਕ ਦੇ ਵਿੱਚ ਇੱਕ ਸੇਲਸ ਟੈਕਸ ਦੀ ਇੱਕ ਪ੍ਰਣਾਲੀ ਲਾਗੂ ਹੋ ਜਾਣੀ ਸੀ। ਹੁਣ ਵੱਖਰੀਆਂ ਸਟੇਟਾਂ ਦੇ ਵਿੱਚ, 29 ਸਟੇਟਾਂ ਦੇ ਵਿੱਚ ਵੱਖਰੀਆਂ ਸੇਲਸ ਟੈਕਸ ਦੀਆਂ ਪ੍ਰਣਾਲੀਆਂ। ਕਾਂਗਰਸ ਨੇ ਇਹ ਰਾਜ ਸਭਾ 'ਚ ਇਹ GST ਦਾ ਬਿੱਲ ਨਹੀਂ ਪਾਸ ਹੋਣ ਦਿੱਤਾ। ਇਨਫੈਕਟ ਜੇ ਪਾਸ ਹੋ ਜਾਂਦਾ ਤਾਂ ਉਸ ਤੋਂ ਬਾਅਦ ਇਹ ਸਟੇਟਾਂ 'ਚ ਜਾਣਾ ਸੀ, ਘੱਟ ਤੋਂ ਘੱਟ ਅੱਧੀਆਂ ਸਟੇਟਾਂ ਨੂੰ ਇਹਨੂੰ ਪਾਸ ਕਰਨਾ ਸੀ, ਉਸ ਤੋਂ ਬਾਅਦ ਹੀ ਇਹ ਲਾਗੂ ਹੋਣਾ ਸੀ।
ਪਾਰਲੀਮੈਂਟ 'ਚ ਕੰਮ ਨਾ ਹੋਣ ਵਾਸਤੇ ਕੌਣ ਜ਼ਿੰਮੇਵਾਰ ਹੈ? ਭਾਜਪਾ ਕਹਿ ਰਹੀ ਹੈ ਕਿ ਕਾਂਗਰਸ ਨੇ ਇਹ ਰੌਲਾ ਰੱਪਾ ਪਾ ਕੇ ਪਿਛਲੀਆਂ ਚੋਣਾਂ 'ਚ ਆਪਣੀ ਹਾਰ ਅਤੇ ਨਿਰਾਸ਼ਾ ਦਾ ਇਜ਼ਹਾਰ ਕੀਤਾ ਹੈ। ਕਾਂਗਰਸ ਪਾਰਟੀ ਖਾਸ ਕਰਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਸੁਸ਼ਮਾ ਸਵਰਾਜ ਵਰਗੇ ਜੋ ਕਹਿ ਰਹੇ ਆ ਕਿ ਇਹ ਦਾਗੀ ਮੰਤਰੀ ਨੇ, ਇਹਨਾਂ ਦਾਗੀ ਮੰਤਰੀਆਂ ਨੂੰ ਬਰਖਾਸਤ ਨਾ ਕਰਕੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨਹੀਂ ਨਿਭਾਈ, ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਤੋਂ ਭੱਜੇ ਆ। ਤੁਸੀਂ ਦੱਸੋ ਕਿ ਇਸ ਸਭ ਵਾਸਤੇ ਜੋ ਮੌਨਸੂਨ ਸੈਸ਼ਨ ਵਾਸ਼ ਆਊਟ ਹੋਇਆ, ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ, ਭਾਜਪਾ ਜਾਂ ਕਾਂਗਰਸ? ਕੁਝ ਸੱਜਣ ਆਲਰੇਡੀ ਸਾਡੇ ਨਾਲ ਜੁੜ ਗਏ ਆ, ਦੇਖਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ। ਹੈਲੋ ਭਾਈ ਸਾਹਿਬ, ਤੁਸੀਂ ਪੈਜ ਜੇ ਦੱਸੋ, ਆਪਣੀ ਗੱਲ ਕਰੋ, ਕੀ ਕਹਿਣਾ ਚਾਹੁੰਦੇ ਜੇ? ਹੈਲੋ, ਹਾਂਜੀ ਹਾਂਜੀ ਹਾਂਜੀ, ਤੁਸੀਂ ਔਨ ਏਅਰ ਜੇ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਮੈਂ ਧਾਲੀਵਾਲ ਵਰਜੀਨੀਆ ਤੋਂ ਬੋਲਦਾ ਜੀ। ਹਾਂਜੀ ਹਾਂਜੀ ਧਾਲੀਵਾਲ ਜੀ, ਬਿਲਕੁਲ, ਤੁਸੀਂ ਔਨ ਏਅਰ ਜੇ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਹਾਂਜੀ, ਮੈਂ ਮੇਰੇ ਖਿਆਲ ਵਿੱਚ ਤਾਂ ਜੀ ਬੀਜੇਪੀ ਜ਼ਿੰਮੇਵਾਰ ਹੈ ਇਸ ਦੀ, ਕਿਉਂਕਿ ਇੰਨੇ ਸੀਰੀਅਸ ਐਲੀਗੇਸ਼ਨਸ ਉਹਨਾਂ ਤੇ ਲੱਗੇ ਹੋਏ ਨੇ ਜੀ। ਉਹਨਾਂ ਨੂੰ ਚਾਹੀਦਾ ਸੀ ਕਿ ਇਹ ਤਿੰਨੇ ਜਣੇ ਰਿਜ਼ਾਈਨ ਕਰ ਦਿੰਦੇ ਤੇ ਸੈਸ਼ਨ ਚੱਲ ਪੈਣਾ ਸੀ ਜੀ। ਜੇ ਇਹਦੇ ਤੇ ਇਨਕੁਆਇਰੀ ਬਿਠਾਈ ਜਾਂਦੀ ਤੇ ਇਹਨਾਂ ਦੀ ਉਹ ਸਰਕਾਰ ਹੈ, ਇਹਨਾਂ ਨੂੰ ਜ਼ਿਆਦਾ ਦੇਰ ਵੀ ਨਹੀਂ ਸੀ ਲੱਗਣੀ, 3 ਮਹੀਨੇ ਤੋਂ 6 ਮਹੀਨੇ ਤੱਕ ਫੈਸਲਾ ਹੋ ਜਾਣਾ ਸੀ, ਇਹ ਦੁਬਾਰਾ ਮੰਤਰੀ ਬਣ ਜਾਣੇ ਸੀ। ਮੇਰਾ ਖਿਆਲ ਹੈ ਵੀ 100% ਬੀਜੇਪੀ ਦੀ ਇਹਦੇ ਵਿੱਚ ਗਲਤੀ ਹੈ ਜੀ, ਤੇ ਉਹਨਾਂ ਨੇ ਇਹ ਸੈਸ਼ਨ ਨੂੰ ਚੰਗੀ ਤਰ੍ਹਾਂ ਚੱਲਣ ਨਹੀਂ ਦਿੱਤਾ। ਇਹ ਤਾਂ ਬਹੁਤ ਹੀ ਮਾੜੀ ਗੱਲ ਹੈ ਨਾ ਜੀ, ਕਿ ਇੰਨੀਆਂ ਕਰਪਸ਼ਨ ਹੋਈ ਵੀ ਹੋਵੇ ਔਰ ਉਹ ਮੰਤਰੀ ਰਿਜ਼ਾਈਨ ਨਾ ਕਰਨ। ਇਹਨਾਂ ਦਾ ਤਾਂ ਸਮਾਂ, ਇਹਨਾਂ ਦੀ ਜਿਹੜੀ ਵਧਣੀ ਸੀ ਸਮਾਂ ਓਨੈਸਟੀ, ਜੇ ਕਿਤੇ ਇਹ ਉਹਨਾਂ ਤੋਂ ਰਿਜ਼ਾਈਨ ਲੈ ਲੈਂਦੇ, ਇਨਕੁਆਇਰੀ ਕਰਵਾ ਕੇ ਫਿਰ ਰੀਇੰਸਟੇਟ ਕਰ ਦਿੰਦੇ। ਸਿੰਪਲ, ਬਿਲਕੁਲ 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 ਧਾਲੀਵਾਲ ਜੀ, ਬੜਾ ਸਪਸ਼ਟ ਵਿਚਾਰ ਹੈ ਤੁਹਾਡਾ ਕਿ ਇਹ ਜੋ ਹੋਇਆ ਤੁਹਾਡੇ ਮੁਤਾਬਕ ਇਹਦੇ ਲਈ ਸਰਕਾਰ ਭਾਜਪਾ ਜ਼ਿੰਮੇਵਾਰ ਆ। ਉਹਨਾਂ ਨੇ ਇਹੋ ਜਿਹੇ ਸੀਰੀਅਸ ਆਰੋਪਾਂ ਨਾਲ ਲੱਗੇ ਜਿਹੜੇ ਮੰਤਰੀ ਆ ਉਹਨਾਂ ਨੂੰ ਡਿਸਮਿਸ ਨਹੀਂ ਕੀਤਾ, ਉਹਨਾਂ ਨੂੰ ਬਦਲਿਆ ਨਹੀਂ, ਉਹਨਾਂ ਦੇ ਖਿਲਾਫ਼ ਇਨਕੁਆਇਰੀ ਨਹੀਂ ਕੀਤੀ। ਜੇ ਇਹ ਕਰ ਦਿੰਦੇ ਤਾਂ ਸ਼ਾਇਦ ਕੋਈ ਵਜ੍ਹਾ ਨਹੀਂ ਸੀ, ਕੋਈ ਰੀਜ਼ਨ ਨਹੀਂ ਸੀ, ਕੋਈ ਬਹਾਨਾ ਨਹੀਂ ਸੀ ਮਿਲਣਾ ਵਿਰੋਧੀ ਧਿਰਾਂ ਨੂੰ ਵੀ, ਕਾਂਗਰਸ ਨੂੰ ਵੀ, ਵੀ ਉਹ ਕੰਮਕਾਜ ਨਾ ਹੋਣ ਦੇਣ। ਬਾਕੀ ਹੋਰ ਵੀ ਕੁਝ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਇਸ ਮਸਲੇ 'ਤੇ ਕੀ ਵਿਚਾਰ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਬਿਦਾ ਹਰਮੇਲ। ਹਾਂਜੀ ਹਾਂਜੀ ਸੁਬਿਦਾਰ ਸਾਹਿਬ, ਦੱਸੋ ਤੁਹਾਡਾ ਕੀ ਵਿਚਾਰ ਹੈ? ਪਹਿਲੀ ਗੱਲ ਤਾਂ ਸੈਚਰਡੇ ਨੂੰ ਇੱਥੇ 15 ਅਗਸਤ ਆ ਰਿਹਾ ਤੇ ਉੱਧਰ ਤੁਹਾਡਾ ਪ੍ਰੋਗਰਾਮ ਨਹੀਂ ਹੋਣਾ, ਤੇ ਤੁਹਾਡੇ ਮਾਰਫਤ ਮੈਂ ਸਾਰੇ ਹਿੰਦੁਸਤਾਨੀਆਂ ਨੂੰ ਵਧਾਈ ਦੇਣੀ ਚਾਹੁੰਦਾ ਹਾਂ। ਬਹੁਤ ਮਿਹਰਬਾਨੀ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈ। ਤੇ ਬਾਕੀ ਜਿਹੜੀ ਇਹ ਤੁਸੀਂ ਗੱਲ ਕੀਤੀ ਆ ਪਾਰਲੀਮੈਂਟ ਦੀ, ਇਹ ਨਾ ਤਾਂ ਭਾਜਪਾ ਦਾ ਕਸੂਰ ਹੈ ਤੇ ਨਾ ਕਾਂਗਰਸ ਦਾ, ਇਹ ਕਸੂਰ ਹੈ ਸਿਰਫ ਤੇ ਸਿਰਫ ਲੋਕਾਂ ਦਾ, ਜਿਨ੍ਹਾਂ ਨੇ ਇੱਦਾਂ ਦੇ ਬੰਦਿਆਂ ਨੂੰ ਭੇਜਿਆ ਤੇ ਉਹਨਾਂ ਨੇ ਉਹੀ ਕੁਛ ਕਰਨਾ ਸੀ ਜਿਹੜੀ ਉਹਨਾਂ ਦੀ ਲਿਆਕਤ ਹੈ। ਤੇ ਇਹ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ, ਅਗਰ ਇਜਾਜ਼ਤ ਦੇਵੋ ਤੇ ਕੱਲ ਦੇ ਵਿਸ਼ੇ ਦੇ ਵਿੱਚ 2 ਲਾਈਨਾਂ ਕਹੂੰਗਾ ਮੈਂ। ਉਹ ਇਹ ਹੈ ਜੀ, ਕੱਲ ਬਹੁਤ ਸਾਰੇ ਸੁਝਾਅ ਹੈ ਫਾਲਤੂ ਜਾਨਵਰਾਂ ਦੇ ਮਾਰਨ ਵਾਸਤੇ, ਉਹਨਾਂ ਨੂੰ ਇੱਦਾਂ ਕਰੋ ਉੱਦਾਂ ਕਰੋ, ਚਲੋ ਜਿੱਦਾਂ ਕਿਸੇ ਨੇ ਮਾਰਨਾ ਉਹਦੀ ਮਰਜ਼ੀ ਹੈ, ਮੈਂ ਤਾਂ ਉਹਨੂੰ ਕੁਛ ਨਹੀਂ ਕਹਿੰਦਾ। ਤੇ ਇਹ ਕਾਨੂੰਨ ਜਿਹੜਾ ਬਣਿਆ ਜਾਨਵਰਾਂ ਦੀ ਪ੍ਰੋਟੈਕਸ਼ਨ ਦਾ, ਇਹ ਬਣਿਆ ਸੰਸਦ ਦੇ ਵਿੱਚ ਬਿੱਲ ਪਾਸ ਹੋ ਕੇ ਤਾਂ ਬਣਿਆ, ਤੇ ਹੁਣ ਉਹਨੂੰ ਜੇ ਮਾਰਨਾ ਤੇ ਉਹ ਵੀ ਉਹਨਾਂ ਦੇ ਕੋਲੋਂ ਹੀ ਪਾਸ ਕਰਾਉਣਾ ਪਊਗਾ, ਫਿਰ ਅਸੀਂ ਮਾਰਨ ਦੀ ਇਜਾਜ਼ਤ ਲੈਣੀ ਪਊਗੀ, ਅਮੈਂਡਮੈਂਟ ਕਰਨੀ ਪਊਗੀ। ਪਰ ਤੁਸੀਂ ਦੱਸੋ ਜਿੱਥੇ ਪਾਰਲੀਮੈਂਟ ਦੇ ਵਿੱਚ ਉਮਾ ਭਾਰਤੀ, ਪ੍ਰਾਚੀ, ਆਦਿਤਿਆਨਾਥ ਜੋਗੀ ਇਹੋ ਜਿਹੇ ਲੀਡਰ ਬੈਠੇ ਆ ਤੇ ਹੋਰ ਅਡਵਾਨੀ
ਤੇ ਦੂਜੇ ਜਿਹੜੇ ਲੋਕ ਹੈ ਉਹ ਇਸ ਬਿੱਲ ਨੂੰ ਕਿੱਦਾਂ ਪਾਸ ਹੋਣ ਦੇਣਗੇ। ਤੇ ਇਹਦੇ ਨਾਲੇ ਮੈਂ ਇੱਕ ਹੋਰ ਨਸੀਹਤ ਦੇਣੀ ਚਾਹੁੰਦਾ ਕਿ ਅਗਰ ਇਹ ਤੁਹਾਡਾ ਪ੍ਰੋਗਰਾਮ ਕਿਸੇ ਨੇ ਯੂਟਿਊਬ ਤੇ ਇਹੋ ਜਿਹੇ ਬੰਦੇ ਨੇ ਦੇਖ ਲਿਆ ਕਿ ਲੋਕ ਉੱਥੇ ਗਾਂ ਦੇ ਬਾਰੇ ਏਦਾਂ ਕਹਿ ਰਹੇ ਆ, ਤੇ ਉਹਨਾਂ ਦੇ ਗੁੰਡੇ ਤਾਂ ਹਰ ਵੇਲੇ ਤਿਆਰ ਹੁੰਦੇ, ਜਿਹਨਾਂ ਨੇ 84 ਦੇ ਵਿੱਚ, 92 ਦੇ ਵਿੱਚ ਤੇ 2002 ਦੇ ਵਿੱਚ ਜੋ ਕੁਛ ਕੀਤਾ, ਤੇ ਉਹਦੇ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ। ਤੇ ਇਸ ਕਰਕੇ ਮੈਂ ਕਹਿੰਦਾ ਕਿ ਇਹੋ ਜਿਹਾ ਵਿਸ਼ਾ ਜਿਹੜਾ ਨਾ ਉਹਨੂੰ ਬੜੇ ਸੋਚ ਸਮਝ ਕੇ ਉਹਦੇ ਬਾਰੇ ਟਿੱਪਣੀ ਕਰਨੀ ਚਾਹੀਦੀ। ਇਹ ਨਾ ਹੋਵੇ ਵੀ ਆਪਾਂ ਕੁਛ ਨਾ ਕੁਛ ਐਵੇਂ ਖਾ ਖਾਈ ਤੇ ਚੰਗੀ ਰੋਟੀ ਖਾਂਦੇ ਖਾਂਦੇ ਕੋਈ ਨਾ ਕੋਈ ਮੁਸੀਬਤ ਲੈ ਬੈਠੀਏ। ਮਿਹਰਬਾਨੀ ਜੀ। ਦੇਖੋ ਸੁਬੇਦਾਰ ਜੀ, ਮੈਂ ਤੁਹਾਡੀ ਅਖੀਰਲੀ ਗੱਲ ਤੇ ਹੀ ਆਉਣਾ ਵਾਂ ਕਿ ਸਾਨੂੰ ਬਿਲਕੁਲ ਸੋਚ ਵਿਚਾਰ ਕੇ ਹੀ ਇਹ ਵਿਸ਼ਾ ਵਿਚਾਰਿਆ ਵਾ। ਇਸ ਵੇਲੇ ਇੰਨੀ ਕੁ ਸੀਰੀਅਸ ਪ੍ਰੋਬਲਮ ਆ ਕਿ ਇਹਦੇ ਤੋਂ ਆਪਾਂ ਭੱਜ ਨਹੀਂ ਸਕਦੇ। ਇਸ ਕਰਕੇ ਆਪਾਂ ਇਸ ਵਿਸ਼ੇ ਨੂੰ ਨਾ ਵਿਚਾਰੀਏ ਵੀ ਇਹਦੇ 'ਤੇ ਕੋਈ ਲੋਕ ਜਿਹੜੇ ਆ ਉਹ ਸਾਡੇ 'ਤੇ ਹਮਲਾ ਕਰ ਦੇਣਗੇ, ਸਾਡੇ ਨਾਲ ਨਾਰਾਜ਼ ਹੋ ਜਾਣਗੇ ਸਾਡੇ 'ਤੇ। ਦੇਖੋ ਇਹ ਚਲੋ ਜੋ ਹੋਣਾ ਵਾ ਉਹ ਤਾਂ ਹੋ ਜਾਣਾ ਵਾ, ਲੇਕਿਨ ਐਡੀ ਸੀਰੀਅਸ ਪ੍ਰੋਬਲਮ ਹੈ। ਰੋਜ਼ ਅਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੁੰਦੇ ਆ, ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਅਤੇ ਆਪਾਂ ਇਸ ਗੱਲ ਤੋਂ ਡਰਦੇ ਰਹੀਏ ਵੀ ਇਹਨੂੰ ਆਪਾਂ ਵਿਚਾਰਨਾ ਹੀ ਨਹੀਂ ਆ ਅਤੇ ਇਹਨੂੰ ਆਪਾਂ ਡਿਸਕਸ਼ਨ ਹੀ ਨਾ ਕਰੀਏ ਕਿਉਂਕਿ ਕੁਝ ਲੋਕਾਂ ਨੂੰ ਪਸੰਦ ਨਹੀਂ ਆਊਗੀ ਗੱਲ। ਦੇਖੋ ਇਹ ਡੈਮੋਕ੍ਰੇਸੀ ਆ, ਲੋਕਤੰਤਰ ਆ, ਔਰ ਇਸ ਲੋਕਤੰਤਰ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ, ਸਿਰਫ ਉਹਨੂੰ ਕਾਨੂੰਨ ਆਪਣੇ ਹੱਥ 'ਚ ਲੈਣ ਦਾ ਹੱਕ ਨਹੀਂ ਹੈ, ਹਿੰਸਾ ਕਰਨ ਦਾ ਹੱਕ ਨਹੀਂ ਹੈ। ਅਸੀਂ ਵੀ ਸਿਰਫ ਇਹ ਮਸਲਾ ਵਿਚਾਰ ਹੀ ਰਹੇ ਹਾਂ, ਅਸੀਂ ਕਿਸੇ ਜਾਨਵਰ ਨੂੰ ਮਾਰਨ ਨਹੀਂ ਤੁਰੇ। ਅਸੀਂ ਇਨਫੈਕਟ ਇਹ ਚਾਹੁੰਦੇ ਹਾਂ ਕਿ ਇਹ ਲੋਕ ਸਾਰੇ ਹੀ ਇਸ ਮਸਲੇ 'ਤੇ ਆਪਣੇ ਵਿਚਾਰ ਪ੍ਰਗਟ ਕਰਨ। ਉਹਦੇ ਤੋਂ ਬਾਅਦ ਜੇ ਕਾਨੂੰਨ ਦੇ ਵਿੱਚ, ਜੇ ਕਾਨੂੰਨੀ ਇਸ ਵੇਲੇ ਪਾਬੰਦੀ ਆ ਕਿਸੇ ਜਾਨਵਰ ਨੂੰ ਨਹੀਂ ਮਾਰਿਆ ਜਾ ਸਕਦਾ ਤਾਂ ਵਾਕਈ ਨਹੀਂ ਮਾਰਿਆ ਜਾ ਸਕਦਾ। ਸੋ ਜੇ ਲੋਕ ਸਾਰੇ ਫੀਲ ਕਰਨ ਵੀ ਕਾਨੂੰਨ ਦੇ ਵਿੱਚ ਤਬਦੀਲੀ, ਸੋਧ ਕਰਨ ਦੀ ਲੋੜ ਆ, ਤਾਂ ਡੈਫੀਨੇਟਲੀ ਉਹ ਸੋਧ ਕਰਕੇ ਉਸ ਤੋਂ ਬਾਅਦ ਇਹੋ ਜਿਹੀ ਚੀਜ਼ ਕੀਤੀ ਜਾ ਸਕਦੀ ਹੈ। ਸੋ ਅਸੀਂ ਤਾਂ ਸਿਰਫ ਇਹ ਮਸਲਾ ਵਿਚਾਰ ਰਹੇ ਹਾਂ, ਕੁਝ ਲੋਕਾਂ ਨੂੰ ਨਹੀਂ ਚੰਗਾ ਲੱਗਦਾ ਅਤੇ ਉਹਨਾਂ ਦੀ ਮਰਜ਼ੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਜੀਤ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਹਾਂਜੀ ਹਾਂਜੀ ਅਮਰਜੀਤ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਮੇਰੇ ਖਿਆਲ ਦੇ ਵਿੱਚ ਤਾਂ ਬੀਜੇਪੀ ਇਹਦੇ ਨੂੰ ਬਲੇਮ ਵਰਦੀ ਆ, ਕਿਉਂਕਿ ਕਾਂਗਰਸ ਜਾਂ ਜਿਹੜੀ ਆਪੋਜੀਸ਼ਨ ਆ ਉਹ ਤਾਂ ਨਾ ਮਾਤਰ ਆ ਜੀ, ਤੇ ਸੁਸ਼ਮਾ ਤੇ ਜਿਹੜੇ ਚੌਹਾਨ ਤੇ ਰਾਜਸਥਾਨ ਦੀ ਸੀਐਮ ਆ, ਇਹ ਮਤਲਬ ਬਹੁਤ ਇਹਨਾਂ ਨੂੰ ਆਪਣੇ ਆਪ ਹੀ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ। ਦੇਖੋ ਜਦੋਂ ਮਨਮੋਹਨ ਸਿੰਘ ਦੀ ਮਿਨਿਸਟਰੀ ਸੀ, ਆਪਣੇ ਰੇਲਵੇ ਮਿਨਿਸਟਰ, ਉਹਨਾਂ ਦੇ ਭਾਣਜੇ ਜਾਂ ਭਤੀਜੇ ਨੇ ਕੋਈ ਹੇਰਾਫੇਰੀ ਕੀਤੀ ਸੀ ਜਾਂ ਕਿਸੇ ਨੂੰ ਕੁਛ ਪੈਸੇ ਲਏ ਸੀਗੇ, ਤੇ ਉਹਦੇ ਵਿੱਚ ਰੇਲਵੇ ਮਿਨਿਸਟਰ ਦਾ ਇੰਨਾ ਨਹੀਂ ਸੀ, ਤੇ ਉਹਨਾਂ ਨੇ ਜਦੇ ਰਿਜ਼ਾਈਨ ਕਰ ਦਿੱਤਾ ਸੀ, ਦੈਟਸ ਦਾ ਵੇ। ਤੇ ਜੇ ਇਹ ਹੁਣ ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ ਤਾਂ ਕਿ ਇਹ ਜਿਹੜੀ ਵਾਸ਼ ਆਊਟ ਸੰਸਦ ਦਾ ਜਿਹੜਾ ਆਪਣਾ ਪਾਰਲੀਮੈਂਟ ਸੈਸ਼ਨ ਹੋਇਆ ਇਹ ਨਾ ਹੁੰਦਾ, ਕਿਉਂਕਿ ਉਹਨਾਂ ਨੂੰ ਤਾਂ ਰੌਲਾ ਪਾਉਣ ਤੋਂ ਬਗੈਰ ਹੋਰ ਕੋਈ ਉਹਨਾਂ ਕੋਲ ਚੋਇਸ ਹੀ ਨਹੀਂ ਹੈ, ਬਿਕੋਜ਼ ਦੇ ਡੋਂਟ ਹੈਵ ਦਾ ਨੰਬਰਸ। ਇਹਨਾਂ ਨੂੰ ਉਸ ਮੁੱਦਿਆਂ ਤੇ ਉੱਤੇ ਡਿਸਕਸ਼ਨ ਕਰਨੀ ਚਾਹੀਦੀ ਸੀ, ਨਾ ਇਹ ਡਿਸਕਸ਼ਨ ਕਰਨ ਲਈ ਤਿਆਰ ਨੇ, ਕਿਉਂਕਿ ਇਹਨਾਂ ਦੀ ਸਾਰੀ ਪਾਰਲੀਮੈਂਟ ਹੀ ਇਹਨਾਂ ਦੀ ਆ, ਬਾਕੀ ਤਾਂ ਸਾਰੇ ਨਾ ਮਾਤਰ ਹੀ ਨੇ। ਸੋ ਇਸ ਕਰਕੇ ਉਹਨਾਂ ਕੋਲ ਕੋਈ ਚੋਇਸ ਨਹੀਂ ਸੀ, ਦੇ ਵਰ ਜਸਟ ਕੰਪੈਲਡ ਟੂ ਡੂ ਵਟ ਦੇ ਡਿਡ। ਦੇਖੋ ਅਮਰਜੀਤ ਜੀ, ਬਿਲਕੁਲ ਠੀਕ ਹੈ, ਲੋਕ ਸਭਾ ਦੇ ਵਿੱਚ ਕਾਂਗਰਸ ਕੋਲ ਬਹੁਤੀ ਆਪਸ਼ਨ ਨਹੀਂ ਗੀ, ਉਹਨਾਂ ਕੋਲ ਸਿਰਫ 44 ਮੈਂਬਰ ਆ ਉੱਥੇ, ਉਹ ਰੌਲਾ ਰਪਾਈ ਪਾ ਸਕਦੇ ਸੀਗੇ। ਲੇਕਿਨ ਰਾਜ ਸਭਾ ਦੇ ਵਿੱਚ ਕਾਂਗਰਸ ਦੀ ਹੋਂਦ ਕਾਫੀ ਸਟਰੋਂਗ ਆ ਉੱਥੇ। ਇਨਫੈਕਟ ਉੱਥੇ ਜੇ ਕਾਂਗਰਸ ਔਰ ਬਾਕੀ ਵਿਰੋਧੀ ਧਿਰ ਜੇ ਇਕੱਠੇ ਹੋ ਜਾਣ ਤਾਂ ਬੀਜੇਪੀ ਜਿਹੜੀ ਆ ਉਹ ਆਪਣੇ ਬਿੱਲ ਨਹੀਂ ਪਾਸ ਕਰਾ ਸਕਦੀ। ਇਸੇ ਕਰਕੇ GST ਦੇ ਮਸਲੇ ਦੇ ਉੱਤੇ ਜਿਹੜੀ NDA ਸਰਕਾਰ ਆ ਉਹਨੂੰ ਬਾਕੀ ਧਿਰਾਂ ਦੀ, ਕੁਝ ਧਿਰਾਂ ਦੀ ਜ਼ਰੂਰ ਲੋੜ ਸੀ।
ਬਾਕੀ ਤੁਸੀਂ ਗੱਲ ਸਹੀ ਕਹੀ ਕਿ ਆਪਣੇ ਆਪ ਹੀ ਜੇ ਕੋਈ ਨੈਤਿਕ ਤੌਰ 'ਤੇ ਜੇ ਰਿਜ਼ਾਈਨ ਕਰਦੇ ਤਾਂ ਬਹੁਤ ਵਧੀਆ ਹੁੰਦਾ। ਪਵਨ ਬਾਂਸਲ 'ਤੇ ਉਦੋਂ ਬੜਾ ਪ੍ਰੈਸ਼ਰ ਬਣਿਆ ਸੀ ਜਦੋਂ ਰੇਲ ਮੰਤਰੀ ਸਨ, ਉਹਨਾਂ ਦੇ ਇਲਜ਼ਾਮ ਲੱਗੇ ਸੀ ਵੀ ਉਹਨਾਂ ਦੇ ਕੋਈ ਰਿਸ਼ਤੇਦਾਰ ਜਿਹੜੇ ਆ ਉਹ ਆਪਣੀ ਉਹਨਾਂ ਦੀ ਪਾਵਰ ਦਾ ਦੁਰਉਪਯੋਗ ਕਰ ਰਹੇ ਆ। ਲੇਕਿਨ ਕਾਂਗਰਸ ਦੇ ਵਿੱਚ ਵੀ ਇਹੋ ਜਿਹੇ ਬਹੁਤ ਮੰਤਰੀ ਸਨ ਜਿਨ੍ਹਾਂ 'ਤੇ ਉਹਨਾਂ ਦੇ ਰਿਸ਼ਤੇਦਾਰਾਂ 'ਤੇ ਇਲਜ਼ਾਮ ਲੱਗਦੇ ਰਹੇ ਔਰ ਉਹਨਾਂ ਨੇ ਰਿਜ਼ਾਈਨ ਕਰਨ ਦੀ ਗੱਲ, ਆਪਣੇ ਅਹੁਦੇ ਛੱਡਣ ਦੀ ਗੱਲ ਨਹੀਂ ਕੀਤੀ। ਤੁਹਾਨੂੰ ਪਤਾ ਹੀ ਆ ਕਿ ਸੋਨੀਆ ਗਾਂਧੀ ਅਤੇ ਆਪਣੇ ਦਮਾਦ ਦੇ ਉੱਤੇ ਬੜੇ ਸੀਰੀਅਸ, ਰੋਬਰਟ ਵਾਡਰਾ 'ਤੇ ਬਹੁਤ ਸੀਰੀਅਸ ਐਲੀਗੇਸ਼ਨ ਲੱਗਦੇ ਰਹੇ ਆ, ਹੁਣ ਕੁਝ ਇਨਕੁਆਇਰੀਜ਼ ਵੀ ਹੋ ਰਹੀਆਂ ਵਾ, ਲੇਕਿਨ ਉਹ ਵੀ ਆਪਣਾ ਇਸ ਮਸਲੇ ਤੋਂ ਪੱਲਾ ਝਾੜਦੇ ਰਹੇ ਆ। ਸੋ ਇੱਕ ਅਕਾਊਂਟੇਬਿਲਿਟੀ ਦੀ ਵਾਕਈ ਇੱਥੇ ਬਹੁਤ ਕਮੀ ਆ। ਮੈਂ ਇੱਥੇ ਉਹੀ ਉਦਾਹਰਣ ਦੁਬਾਰਾ ਦੇਣਾ ਚਾਹੁੰਦਾ ਜਿਹੜਾ ਮੈਂ ਪਿਛਲੇ ਹਫ਼ਤੇ ਦਿੱਤਾ ਸੀ ਕਿ ਆਸਟ੍ਰੇਲੀਆ ਦੇ ਸਪੀਕਰ ਬ੍ਰੋਨਵਿਨ ਬਿਸ਼ਪ, ਉਹਨਾਂ ਦੇ ਇਲਜ਼ਾਮ ਸੀ ਵੀ $5,000 ਦਾ ਉਹਨਾਂ ਨੇ ਹੈਲੀਕਾਪਟਰ ਆਪਣੇ ਨਿੱਜੀ ਕੰਮ ਲਈ, ਆਪਣੇ ਪਾਰਟੀ ਦੇ ਕੰਮ ਲਈ ਇਸਤੇਮਾਲ ਕੀਤਾ ਔਰ ਸਰਕਾਰੀ ਖਜ਼ਾਨੇ 'ਚ ਉਹਦੇ ਪੈਸੇ ਦਿੱਤੇ ਗਏ। ਜਦੋਂ ਇਹ ਰੌਲਾ ਪਿਆ ਤਾਂ ਉਹਨਾਂ ਨੇ $5,000 ਜਿਹੜੇ ਆ ਹਰਜਾਨੇ ਦੇ ਨਾਲ ਵਾਪਸ ਕਰ ਦਿੱਤੇ। ਲੇਕਿਨ ਫਿਰ ਵੀ ਲੋਕ ਕਹਿੰਦੇ ਰਹੇ ਵੀ ਨਹੀਂ, ਤੁਸੀਂ ਆਪਣੀ ਪਾਵਰ ਦਾ ਦੁਰਉਪਯੋਗ ਕੀਤਾ ਵਾ ਔਰ ਤੁਸੀਂ ਰਿਜ਼ਾਈਨ ਕਰੋ। ਅਖੀਰ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਸੋ ਇਹੋ ਜਿਹੀ ਨੈਤਿਕਤਾ ਜਿਹੜੀ ਆ ਸਾਡੇ ਜਿਹੜੇ ਪੋਲੀਟੀਸ਼ੀਅਨਸ ਆ, ਸਿਆਸੀ ਲੀਡਰ ਆ, ਉਹਨਾਂ ਨੂੰ ਵੀ ਡਿਸਪਲੇ ਕਰਨੀ ਚਾਹੀਦੀ ਔਰ ਵਾਕਈ ਇਸ ਮਸਲੇ 'ਤੇ ਸੁਸ਼ਮਾ ਸਵਰਾਜ ਦਾ, ਵਸੁੰਧਰਾ ਰਾਜੇ ਦਾ, ਇਹਨਾਂ ਦੋਵਾਂ ਦਾ ਤਾਂ ਡੈਫੀਨੇਟਲੀ ਇਹਨਾਂ ਦੀ ਰੈਜ਼ਿਗਨੇਸ਼ਨ ਜਾਂ ਉਹਨਾਂ ਦਾ ਅਹੁਦਾ ਚੇਂਜ ਹੋਣਾ ਜ਼ਰੂਰ ਬਣਦਾ ਸੀਗਾ। ਇਨਕੁਆਇਰੀ ਉਹਨਾਂ ਦੇ ਖਿਲਾਫ਼ ਹੋਣੀ ਚਾਹੀਦੀ ਸੀਗੀ। ਵਿਆਪਕ ਘੁਟਾਲਾ ਚਲੋ ਬੜੇ ਸਾਲਾਂ ਦਾ ਚੱਲ ਰਿਹਾ ਵਾ, ਉਸ ਮਸਲੇ 'ਤੇ ਆਪਾਂ ਥੋੜ੍ਹਾ ਬਹੁਤ ਬੈਨੀਫਿਟ ਆਫ ਡਾਊਟ ਡੈਫੀਨੇਟਲੀ ਦੇ ਸਕਦੇ ਹਾਂ। ਲੇਕਿਨ ਉਹ ਇਨਕੁਆਇਰੀ ਵੀ ਜਿਵੇਂ ਹੁਣ CBI ਆਲਰੇਡੀ ਇੱਕ ਦੂਜੀ ਜਾਂਚ ਏਜੰਸੀ ਜਿਹੜੀ ਹੈ ਸੈਂਟਰਲ ਏਜੰਸੀ ਕਰ ਰਹੀ ਹੈ। ਸੋ ਇਹ ਮਸਲਾ ਵਾਕਈ ਕਾਫੀ ਸਟੇਟ ਫਾਰਵਰਡ ਆ, ਜੇ ਇਹਨੂੰ ਆਪਾਂ ਸਟੇਟ ਫਾਰਵਰਡ ਸਮਝੀਏ। ਲੇਕਿਨ ਇਹਨੂੰ ਸਟੇਟ ਫਾਰਵਰਡ ਨਾ ਇਹਨੂੰ NDA ਅਤੇ ਨਾ ਭਾਜਪਾ, ਜਿਹੜੇ NDA ਦੇ ਭਾਈਵਾਲ ਪਾਰਟੀਜ਼ ਆ ਉਹ ਸਮਝ ਰਹੀਆਂ ਅਤੇ ਨਾ ਹੀ ਭਾਜਪਾ ਇਸ, ਉਹ ਐਕਚੁਲੀ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਮਸਲਾ ਇੰਨਾ ਸੀਰੀਅਸ ਹੈ ਹੀ ਨਹੀਂ, ਆਪੇ ਹੀ ਹੌਲੀ ਹੌਲੀ ਟਲ ਜੂਗਾ। ਪਰ ਹੁਣ ਵੇਖ ਰਹੇ ਆਪਾਂ ਵੀ ਇਹ ਟਲ ਨਹੀਂ ਰਿਹਾ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ 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 ਹਾਂਜੀ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕਰ ਰਿਹਾ ਜੀ। ਕੌਣ ਬੋਲ ਰਹੇ ਜੀ? ਮੈਂ ਪ੍ਰਗਟ ਸਿੰਘ ਬਲ ਬੋਲਦਾ। ਹਾਂਜੀ 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 ਪ੍ਰਗਟ ਜੀ, ਅੱਜ ਤੁਹਾਡੀ ਆਵਾਜ਼ ਥੋੜੀ ਵੱਖਰੀ ਆ ਰਹੀ ਹੈ, ਕੀ ਗੱਲ ਹੋ ਗਈ? ਉਹ ਨਹੀਂ ਕਿਤੇ ਉਦਾਂ ਹੀ ਹੋ ਗਿਆ। ਅੱਛਾ ਓਕੇ। ਉਹ ਇੱਕ ਚੱਲਦਾ ਹੈ ਜੀ, ਇਹ ਦੁਨੀਆ ਦੇ ਬੰਦਿਓ ਪੂਜੋ, ਉਹਨਾਂ ਇਨਸਾਨਾਂ ਨੂੰ ਦੇਹ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਵੇਖੋ 15 ਅਗਸਤ ਆਉਣੀ ਆ, ਕਿੰਨੀ ਧੂਮ ਧਾਮ ਨਾਲ ਇਹਨਾਂ ਬਣਾਉਣੀ ਆ। ਇਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਰੇਲ ਮੰਤਰੀ ਸ਼ਾਇਦ, ਤੇ ਉਹਨਾਂ ਦੇ ਐਕਸੀਡੈਂਟ ਹੋਇਆ ਉਹਨਾਂ ਦੇ ਟਾਈਮ ਤੇ, ਤੇ ਉਹਨਾਂ ਰਿਜ਼ਾਈਨ ਕਰਤਾ। ਇਹ ਬਾਹਰਲੇ ਦੇਸ਼ਾਂ ਦੀ ਤੇ ਐਗਜ਼ਾਮਪਲ ਦੇਣ ਦੀ ਲੋੜ ਹੀ ਨਹੀਂ ਜੀ। ਅਬਦੁਲ ਕਲਾਮ ਜੀ ਹੁਣ ਖਾਲੀ ਹੱਥ ਗਏ, ਜਦੋਂ ਉਹ ਰਾਸ਼ਟਰਪਤੀ ਤੋਂ ਰਿਟਾਇਰ ਹੋਏ ਤੇ ਉਹ ਬੈਗ ਆਪਣੇ ਮੋਢੇ ਤੇ ਪਾ ਕੇ ਚਲ ਗਏ ਸੀ ਜੀ। ਇਹਨਾਂ ਲੋਕਾਂ ਨੇ ਲੋਕਤੰਤਰ ਤੇ ਬਣਿਆ ਹੀ ਸੇਵਾ ਕਰ ਲਈ। ਜਦੋਂ ਸਾਰਿਆਂ ਕੰਮਾਂ ਤੋਂ ਵਿਹਲੇ ਹੋ ਜਾਓ ਤੇ ਸਿਆਣੇ ਸਿਆਣੇ ਬੰਦੇ ਆ ਉਹਨਾਂ ਨੂੰ ਚੁਣ ਕੇ ਤੇ ਇੱਥੇ ਘੱਲੋ ਤੇ ਦੇਸ਼ ਦਾ ਫਾਇਦਾ ਕਰਨ ਜੀ ਜੀ। ਪਰ ਇਹਨਾਂ ਲੋਕਾਂ ਨੂੰ ਤੇ ਪਤਾ ਨਹੀਂ ਸ਼ਰਮ ਨਹੀਂ ਆਉਂਦੀ, ਸੌ ਕਿਹੜੇ ਸੰਵਿਧਾਨ ਦੀ ਖਾਂਦੇ ਆ। ਇਹ 540-542 ਜਿੰਨੇ ਵੀ ਮੈਂਬਰ ਹੈ, ਇਹ ਦੇਸ਼ ਦੀ ਪ੍ਰਤੀਨਿਧਤਾ ਕਰਨੀ ਆ। ਪ੍ਰਧਾਨ ਮੰਤਰੀ ਪਤਾ ਨਹੀਂ ਕਿੱਥੇ ਗੁੱਗਲ ਹੋ ਗਏ ਆ। ਪਰ ਵੇਖੋ, ਇੱਕ ਹਾਊਸ ਹੈ, ਇੱਕ ਘਰ ਆ, ਸਪੀਕਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ। ਰੌਲਾ ਗੌਲਾ ਹੋਣਾ ਹੀ ਨਹੀਂ ਚਾਹੀਦਾ, ਮੱਖਣ ਦੇ ਵਾਲ ਵਾਂਗੂ। ਇੱਕ ਪਰਿਵਾਰ ਆ, ਜੇ ਪਰਿਵਾਰ 'ਚ ਇੱਕ ਬੰਦਾ ਸ਼ਰਾਬੀ ਆ ਤੇ ਸਾਰਾ ਟੱਬਰ ਬਹਿ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਹਾਊਸ ਆ, ਸਾਰੇ ਦੇਸ਼ ਦੀਆਂ ਨਿਗਾਹ ਇੱਥੇ ਲੱਗੀਆਂ ਹੋਈਆਂ, ਇਹਨਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਬਿਲਕੁਲ ਪ੍ਰਗਟ ਜੀ, ਮੇਰੇ ਖਿਆਲ ਤੁਸੀਂ, ਬਾਕੀ ਤਾਂ ਚਲੋ ਗੱਲ ਹੋ ਹੀ ਰਹੀ ਆ, ਤੁਸੀਂ ਇੱਕ ਹੋਰ ਇਸ਼ੂ ਨੂੰ ਟੱਚ ਕੀਤਾ ਵਾ ਵੀ ਸਪੀਕਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ। ਮੇਰੇ ਖਿਆਲ ਇਹ ਮਸਲਾ ਵੀ ਕਿਸੇ ਦਿਨ ਆਪਾਂ ਸੈਪਰੇਟਲੀ ਵਿਚਾਰਾਂਗੇ ਕਿ ਕੀ ਜਿਹੜੇ ਸਪੀਕਰ ਆ ਜਦੋਂ ਉਹ ਇਲੈਕਟ ਹੋ ਜਾਂਦੇ ਆ ਉਹ ਆਪਣੀ ਪਾਰਟੀ ਤੋਂ
ਉਹਨਾਂ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਆਮ ਤੌਰ 'ਤੇ ਉਹ ਪਾਰਟੀਬਾਜ਼ੀ ਕਰਦੇ ਆ ਸਪੀਕਰ ਇਲੈਕਟ ਹੋ ਕੇ ਵੀ। ਇਸ ਕੇਸ ਦੇ ਵਿੱਚ ਤੁਸੀਂ ਵੇਖਿਆ ਹੀ ਆ ਕਿ ਜਿਹੜੇ ਲੋਕ ਸਭਾ ਦੇ ਮਾਨਯੋਗ ਸਪੀਕਰ ਆ ਉਹਨਾਂ ਨੇ ਜੋ ਸਰਕਾਰ ਕਰੀਬ ਕਰੀਬ ਚਾਹੁੰਦੀ ਸੀ ਉਹੀ ਉਹ ਕਰਦੇ ਰਹੇ। ਸਰਕਾਰ ਨੇ ਚਾਹਿਆ ਵੀ ਇਸ ਰੂਲ ਥੱਲੇ ਇਹਦੀ ਡਿਸਕਸ਼ਨ ਕਰਨੀ ਆ, ਤਾਂ ਉਹਨਾਂ ਵੀ ਕਿਹਾ ਵੀ ਇਸ ਰੂਲ ਥੱਲੇ ਡਿਸਕਸ਼ਨ ਕਰਾਵਾਂਗੇ। ਇਨਫੈਕਟ ਉਹਨਾਂ ਨੂੰ ਚਾਹੀਦਾ ਸੀ ਵੀ ਜਿਵੇਂ ਵਿਰੋਧੀ ਧਿਰ ਐਡਜਰਨਮੈਂਟ ਮੋਸ਼ਨ ਮੰਗ ਰਹੇ ਸੀ ਵੀ ਉਹਦੇ ਥੱਲੇ ਬਹਿਸ ਕਰਾਈ ਜਾਵੇ ਜਿਹਦੇ ਉੱਤੇ ਵੋਟਿੰਗ ਹੁੰਦੀ। ਵੋਟਿੰਗ 'ਤੇ ਸਰਕਾਰ ਨੇ ਜਿੱਥੇ ਜਾਣੀ ਸੀ, ਅੱਜ ਕੋਈ ਸ਼ੱਕ ਨਹੀਂ, ਲੇਕਿਨ ਜੇ ਇਹੋ ਜਿਹੀ ਗੱਲ ਕੀਤੀ ਜਾਂਦੀ ਤਾਂ ਐਟਲੀਸਟ ਮਸਲਾ ਜਿਹੜਾ ਵਾ ਉਹ ਵਿਚਾਰਿਆ ਜਾਣਾ ਸੀਗਾ। ਔਰ ਮੇਰੇ ਖਿਆਲ ਆ ਸਪੀਕਰ ਨੂੰ ਇਹੋ ਜਿਹੇ ਮਸਲੇ 'ਤੇ ਆਪ ਕਹਿਣਾ ਚਾਹੀਦਾ ਵਾ ਵੀ ਤੁਹਾਡੇ 'ਤੇ ਬੜੇ ਸੀਰੀਅਸ ਇਲਜ਼ਾਮ ਹੈ ਜੀ, ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਜੀ। ਔਰ ਉੱਥੇ ਡਿਸਕਸ਼ਨ ਹੁੰਦੀ, ਵਿਰੋਧੀ ਧਿਰ ਵੀ ਆਪਣੇ ਵਿਊ ਪੁਆਇੰਟ ਰੱਖਦੇ, ਔਰ ਹੋਰ ਨਹੀਂ ਤਾਂ ਹੋਰ ਐਟਲੀਸਟ ਸਪੀਕਰ ਇਨਸਿਸਟ ਕਰ ਸਕਦੇ ਸੀਗੇ ਕਿ ਉਹ ਇੱਕ ਪਾਰਲੀਮੈਂਟਰੀ ਪੈਨਲ ਨੂੰ ਇਹਦੀ ਜਿਹੜੀ ਇਨਕੁਆਇਰੀ ਆ ਉਹ ਰੈਫਰ ਕੀਤੀ ਜਾਵੇ। ਸੋ ਇਹੋ ਜਿਹਾ ਮਸਲਾ ਜਿਹੜਾ ਵਾ ਉਹ ਹੱਲ ਕੀਤਾ ਜਾ ਸਕਦਾ ਸੀ, ਪਰ ਆਪਾਂ ਵੇਖਿਆ ਹੀ ਆ ਵੀ ਕੋਈ ਹੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੋਈ। ਇੱਕ ਹੋਰ ਸੱਜਣ ਨੇ ਸਾਡੇ ਨਾਲ, ਦੇਖਦੇ ਹਾਂ ਉਹ ਆਪਣਾ ਕੀ ਵਿਊ ਪੁਆਇੰਟ ਰੱਖਣਾ ਚਾਹੁੰਦੇ ਆ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਲਦੇਵ ਸਿੰਘ ਬੋਲ ਰਿਹਾ ਜੀ, ਬਰਬੈਂਕ ਤੋਂ ਕੈਲੀਫੋਰਨੀਆ, ਲਾਸ ਏਂਜਲਸ। ਹਾਂਜੀ ਹਾਂਜੀ ਬਲਦੇਵ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਸੰਧੂ ਸਾਹਿਬ, ਮੇਰੇ ਤਾਂ ਨਜ਼ਰੀਏ ਨਾਲ ਵਿੱਚੇ ਹੀ ਤਾਂ ਕਾਂਗਰਸ ਤੇ ਵਿੱਚੇ ਹੀ ਬੀਜੇਪੀ ਪਲੱਸ ਸਪੀਕਰ ਜੀ ਇਹ ਸਾਰੇ ਜ਼ਿੰਮੇਵਾਰ ਨੇ ਕੰਮਾਂ ਜੀ ਜੀ, ਕਿਉਂਕਿ ਜੇ ਵਿਰੋਧੀ ਧਿਰ ਨੇ ਇਹ ਮਸਲਾ ਚੁੱਕਿਆ ਸੀ ਤੇ ਸਪੀਕਰ ਨੂੰ ਨਿਰਪੱਖ ਹੋ ਕੇ ਪਾਰਟੀ ਤੋਂ ਉੱਚਾ ਉੱਠ ਕੇ, ਕਿਉਂਕਿ ਜਦੋਂ ਸਪੀਕਰ ਉਹ ਇਲੈਕਟ ਹੋ ਗਿਆ ਤੇ ਉਹਦੀ ਜ਼ਿੰਮੇਵਾਰੀ ਬਣਦੀ ਦੋਨੋਂ ਪਾਰਟੀਆਂ ਜਾਂ ਤਿੰਨਾਂ ਪਾਰਟੀਆਂ ਜਿੰਨੇ ਵੀ ਪਾਰਟੀਆਂ ਉਹਦੀ ਗੱਲ ਸੁਣਨੀ ਜੀ ਜੀ, ਉਹਨਾਂ ਦੀ ਗੱਲ ਸੁਣ ਕੇ ਤਾਂ ਫਿਰ ਉਹਦੇ ਤੇ ਇਨਕੁਆਇਰੀ ਕਰਦੇ ਉਹ ਜਾਂਦੇ ਬੰਦੇ ਜਿਹੜੇ ਸੀਗੇ ਜਿਹਨਾਂ ਤੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਅਸਤੀਫਾ ਲੈਂਦੇ ਤੇ ਇਨਕੁਆਇਰੀ ਹੁੰਦੀ ਰਹਿੰਦੀ। ਜੇ ਉਹ ਇਨਕੁਆਇਰੀ ਠੀਕ ਹੈ ਉਹ ਸਾਫ ਨਿਕਲਦੇ ਤਾਂ ਉਹਨਾਂ ਨੂੰ ਰਿਹਾ ਕਰ ਜਾਂਦਾ, ਮੁੜ ਕੇ ਨਹੀਂ ਹੈ ਤਾਂ ਉਹਨਾਂ ਨੂੰ ਸਜ਼ਾ ਮਿਲਦੀ ਉਹਦੀ। ਬਿਲਕੁਲ। ਦੂਜੀ ਗੱਲ ਇਹ ਸੀ ਵੀ ਜੇ ਉਹ ਇਸ ਗੱਲ ਦੀ ਇਜਾਜ਼ਤ ਦਿੰਦੇ ਸੀ ਉੱਥੇ ਬਹਿਸ ਕਰਨ ਦੀ ਤੇ ਉਹਦੇ ਵਿੱਚ ਜਿੰਨੇ ਇਲਜ਼ਾਮ ਲੱਗੇ ਉਹ ਕਲੀਅਰ ਹੋਣੇ ਸੀ ਤਾਂ ਆਮ ਜਨਤਾ ਨੂੰ ਵੀ ਪਤਾ ਲੱਗਣਾ ਸੀ ਜੀ। ਜਿਹੜੀ ਗੱਲ ਇਹ ਨਹੀਂ ਹੋਣ ਦੇਣੀ ਚਾਹੁੰਦੇ ਵੀ ਆਮ ਲੋਕਾਂ ਨੂੰ ਪਤਾ ਹੀ ਨਾ ਲੱਗੇ ਇਸ ਗੱਲ ਤੇ, ਬਹਿਸ ਹੀ ਨਾ ਹੋਵੇ, ਇਹ ਮੁੱਦਾ ਆਵੇ ਹੀ ਨਾ, ਲੋਕਾਂ ਨੂੰ ਪਤਾ ਨਾ ਲੱਗੇ ਇਸ ਗੱਲ ਦਾ। ਹਾਂਜੀ ਬਿਲਕੁਲ ਠੀਕ। ਤੇ ਬਾਕੀ ਇਹੋ ਗੱਲਾਂ ਵਾ ਇਹਨਾਂ ਦੇ, ਲੇਕਿਨ ਜੇ ਦੇਖੀਏ ਕਾਂਗਰਸ ਵੀ ਸੇਮ ਥਿੰਗ ਹੀ ਕਰਦੀ ਰਹੀ ਆ, ਹੁਣ ਬੀਜੇਪੀ ਵੀ ਸੇਮ ਥਿੰਗ ਹੀ ਕਰਦੀ ਆ। ਬਿਲਕੁਲ ਬਿਲਕੁਲ। ਤੇ ਇਲਜ਼ਾਮ ਤਾਂ ਦੋਨਾਂ ਦਾ ਸੇਮ ਥਿੰਗ ਹੀ ਆ, ਪਰ ਇੱਥੇ ਸਿਸਟਮ ਏਦਾਂ ਦਾ ਹੈਗਾ ਆ ਅਮਰੀਕਾ ਦੇ ਵਿੱਚ ਜੀ, ਅਗਰ ਤੁਹਾਡਾ ਕੋਈ ਏਦਾਂ ਦਾ ਕੋਈ ਇਲਜ਼ਾਮ ਲੱਗਾ ਤੇ ਉਹਦੇ ਵਾਸਤੇ ਇੱਕ ਸਪੈਸ਼ਲ ਕਮੇਟੀ ਹੈ ਜਿਹਦੇ ਵਿੱਚ ਕਾਂਗਰਸਮੈਨ ਜਾਂ ਜਿਹੜੇ ਹੈਗੇ ਆ ਸੈਨੇਟਰ ਹੁੰਦੇ ਆ ਜੀ, ਉਹ ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ, ਉਹ ਉਹਨੂੰ ਮਤਲਬ ਪੁੱਛਦੇ ਕੁਐਸਚਨ ਆਨਸਰ ਕਰਦੇ ਆ ਜੀ ਜੀ। ਅਗਰ ਉਹਦੇ ਵਿੱਚ ਉਹ ਬੰਦਾ ਜਿਹੜਾ ਉਹ ਪਾਇਆ ਜਾਂਦਾ ਵੀ ਇਹਨੇ ਗਲਤ ਕੰਮ ਕੀਤਾ ਤਾਂ ਫਿਰ ਉਹਦੇ ਉੱਤੇ ਕੇਸ ਦਰਜ ਹੁੰਦਾ ਤੇ ਫਿਰ ਉਹਦੇ ਉੱਤੇ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦਾ ਫਿਰ ਫੈਸਲਾ ਜੱਜ ਕਰੂ। ਬਲਦੇਵ ਸਿੰਘ ਜੀ ਬਿਲਕੁਲ, ਤੁਸੀਂ ਚੰਗਾ ਉਦਾਹਰਣ ਦਿੱਤਾ, ਇਹੋ ਹੀ ਸਿਸਟਮ ਇੱਥੇ ਵੀ ਹੈ। ਇੱਥੇ ਵੀ ਇਹ ਕਮੇਟੀ ਸਿਸਟਮ ਹੈਗਾ ਵਾ, ਪਰ ਕਮੇਟੀ ਸਿਸਟਮ ਲਾਗੂ ਨਹੀਂ ਹੋ ਰਿਹਾ। ਇੱਥੇ ਵੀ ਸਪੀਕਰ ਨੂੰ ਚਾਹੀਦਾ ਸੀ ਵੀ ਇਹੋ ਜਿਹੀ ਇਸ ਕਮੇਟੀ ਨੂੰ ਇਹ ਮਸਲਾ ਸੌਂਪਿਆ ਜਾਂਦਾ, ਸੋ ਦੈਟ ਉਹਦੇ ਪਹਿਲਾਂ, ਪਰ ਉਸ ਤੋਂ ਪਹਿਲਾਂ ਉੱਥੇ ਬਹਿਸ ਹੋਣੀ ਚਾਹੀਦੀ ਸੀਗੀ। ਬਹਿਸ ਹੁੰਦੀ ਉੱਥੇ, ਵੋਟਿੰਗ ਹੁੰਦੀ ਜਾਂ ਉਹਦੇ 'ਤੇ ਇੱਕ ਕਮੇਟੀ ਬਣਦੀ। ਇਹ ਸਿਸਟਮ ਇੱਥੇ ਵੀ ਹੈ, ਲੇਕਿਨ ਉਹੀ ਆ ਨਾ ਵੀ ਲਾਗੂ ਕਰਨ ਦੀ ਗੱਲ ਆ, ਅਕਾਊਂਟੇਬਿਲਿਟੀ ਜਿਹੜੀ ਆ ਉਹ ਨਹੀਂ ਹੈ। ਬਲਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ। ਮੈਂ ਜਿਵੇਂ ਗੱਲ ਕਰ ਰਿਹਾ ਸੀ ਵੀ ਹੁਣ ਸੈਸ਼ਨ ਤਾਂ ਜਿਹੜਾ ਖਤਮ ਹੋ ਗਿਆ ਹੈ, ਪਰ ਮੇਰਾ ਖਿਆਲ ਹੈ ਕਿ ਦੋਵੇਂ ਪਾਰਟੀਆਂ, ਭਾਜਪਾ ਇੱਕ ਪਾਸੇ ਅਤੇ ਕਾਂਗਰਸ ਦੂਜੇ ਪਾਸੇ, ਇਸ ਮਸਲੇ ਨੂੰ ਲੋਕਾਂ ਤੱਕ ਲੈ ਕੇ ਜਾਣਗੀਆਂ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ NDA ਦੇ MPs ਨੂੰ ਕਿਹਾ ਸੀ ਕਿ ਉਹ ਮੁਲਕ ਭਰ ਵਿੱਚ ਜਾ ਕੇ ਕਾਂਗਰਸ ਪਾਰਟੀ ਨੂੰ, ਉਹਨਾਂ ਵਰਡ ਕੀਤਾ ਹੀ ਯੂਜ਼, ਐਕਸਪੋਜ਼ ਕਰਨ। ਉਹਨਾਂ ਕਿਹਾ ਕਿ ਇਹ ਕਾਂਗਰਸ ਵੱਲੋਂ 1975 ਦੀ ਐਮਰਜੈਂਸੀ ਵਰਗੇ ਹਾਲਾਤ ਬਣਾਉਣ ਦੀ ਕੋਸ਼ਿਸ਼ ਹੈ।
ਮੇਰਾ ਖਿਆਲ ਇਹੋ ਜਿਹਾ ਜਿਹੜਾ ਇਲਜ਼ਾਮ ਹੈ ਬਿਲਕੁਲ ਬੇਬੁਨਿਆਦ ਹੈ, ਕੋਈ ਐਮਰਜੈਂਸੀ ਵਾਲੀ ਸਿਚੁਏਸ਼ਨ ਨਹੀਂ ਲੱਗਦੀ, ਸਿਰਫ ਉਹ ਇੱਕ ਇਨਕੁਆਇਰੀ ਮੰਗ ਰਿਹਾ, ਲੋਕਾਂ ਦਾ ਅਸਤੀਫਾ ਮੰਗ ਰਿਹਾ ਜਿਹੜੇ ਲੋਕ ਦਾਗੀ ਨੇ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੋ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਸੰਸਦ ਕੀਤਾ ਹੈ ਉਹ ਪਰਿਵਾਰਵਾਦ ਦਾ ਇੱਕ ਉਦਾਹਰਣ ਹੈ। ਮੇਰਾ ਖਿਆਲ ਹੈ ਇਹ ਵੀ ਜਿਹੜਾ ਉਹ ਕਹਿ ਰਹੇ ਆ ਇਹ ਵੀ ਕੋਈ ਬਹੁਤੀ ਗੱਲ ਲੋਕਾਂ ਦੇ ਵਿੱਚ ਜਚਦੀ ਨਹੀਂ ਕਿ ਇਹ ਪਰਿਵਾਰਵਾਦ। ਮੇਰੇ ਖਿਆਲ ਇੱਕ ਬੜਾ ਸਿੰਪਲ ਜਿਹਾ ਮਸਲਾ ਚੁੱਕ ਰਹੇ ਸੀਗੇ ਜਿਹਦੇ 'ਤੇ ਇਨਕੁਆਇਰੀ ਹੋਣ ਦੀ ਗੱਲ ਸੀ। ਉਸ ਤੋਂ ਪਹਿਲਾਂ NDA ਦੇ MPs ਨੇ ਲੋਕਤੰਤਰ ਨੂੰ ਬਚਾਉਣ ਵਾਸਤੇ ਇੱਕ ਰੋਸ ਮਾਰਚ ਵੀ ਕੱਢਿਆ। ਉਹਨਾਂ ਕਿਹਾ ਕਿ ਇਹ ਜਿਹੜਾ ਪਾਰਲੀਮੈਂਟ ਚੱਲਣ ਦੇਣਾ ਚਾਹੀਦਾ ਸੀਗਾ। ਇਹ ਤਾਂ ਹੈ NDA ਸਰਕਾਰ ਦੀ, ਭਾਜਪਾ ਦਾ ਦੀ ਉਹਨਾਂ ਦਾ ਪੱਖ। ਦੂਜੇ ਪਾਸੇ ਕਾਂਗਰਸ ਪਾਰਟੀ ਇਹ ਆਰੋਪ ਲਾ ਰਹੀ ਹੈ ਕਿ ਸੁਸ਼ਮਾ ਸਵਰਾਜ ਅਤੇ ਉਸਦੇ ਪਰਿਵਾਰ ਨੇ ਲਲਿਤ ਮੋਦੀ ਤੋਂ ਕਈ ਤਰੀਕਿਆਂ ਦੇ ਫਾਇਦੇ ਲਏ। ਰਾਹੁਲ ਗਾਂਧੀ ਨੇ ਸੁਸ਼ਮਾ ਸਵਰਾਜ ਅਤੇ ਲਲਿਤ ਮੋਦੀ ਤੋਂ ਕਰੀਬ 10 ਕਰੋੜ ਰੁਪਈਆ ਵੱਖਰੇ ਵੱਖਰੇ ਢੰਗਾਂ ਨਾਲ ਲੈਣ ਦਾ ਵੀ ਆਰੋਪ ਲਾਇਆ। ਉਹਨਾਂ ਕਿਹਾ ਕਿ ਜੋ UPA ਸਰਕਾਰ ਨੇ ਲਲਿਤ ਮੋਦੀ ਨੂੰ ਮੁਲਕ 'ਚ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਉਹਨਾਂ 'ਤੇ NDA ਸਰਕਾਰ ਨੇ ਉਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਪਾਏ ਗਏ ਰੌਲੇ ਤੋਂ ਬਾਅਦ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਲਲਿਤ ਮੋਦੀ ਦੇ ਖਿਲਾਫ਼ ਜਿਹੜੇ ਆ ਵਾਰੰਟ ਜਾਰੀ ਕੀਤੇ ਸੀਗੇ। ਇਨਫੈਕਟ ਕੁਝ ਹੋਰ ਵੀ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਇਸ ਮਸਲੇ 'ਤੇ ਕੀ ਵਿਚਾਰ ਰੱਖਣੇ ਚਾਹੁੰਦੇ ਆ। ਇੱਕ ਜਾਂ ਦੋ ਕਾਲਸ ਅਸੀਂ ਹੋਰ ਲੈ ਕੇ ਅਤੇ ਫਿਰ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ 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 ਹਾਂਜੀ ਹਾਂਜੀ ਭਾਈ ਸਾਹਿਬ, ਤੁਸੀਂ ਔਨ ਏਅਰ ਜੇ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਭਾਜੀ ਮੈਂ ਥੋੜੇ ਦਿਨ ਪਹਿਲਾਂ ਵੀ ਫੋਨ ਕੀਤਾ ਸੀ, ਮੈਂ ਸਿਆਟਲ ਤੋਂ ਬੋਲਦਾ ਜੀ। ਸਿਆਟਲ ਤੋਂ ਕੌਣ ਬੋਲ ਰਿਹਾ ਜੀ? ਮੈਂ ਗੱਲਦੇ ਗਗਨ ਬੋਲ ਰਿਹਾ ਜੀ, ਗਗਨ ਬਾਸੀ। ਹਾਂਜੀ ਹਾਂਜੀ ਗਗਨ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਭਾਜੀ ਮੈਂ ਇਹੀ ਗੱਲ ਕਹਿਣੀ ਸੀ ਕਿ ਆਪਾਂ ਲੋਕ ਜ਼ਿੰਮੇਵਾਰ ਹੈ ਇਹਦੇ ਵਾਸਤੇ, ਸਾਰੇ ਚੀਜ਼ਾਂ ਵਾਸਤੇ। ਹਾਂ ਹਾਂ, ਕਿਉਂਕਿ ਉਹ ਇਲੈਕਟ ਕਰਕੇ ਭੇਜਦੇ ਆ ਜੀ। ਜਿਵੇਂ ਤੁਸੀਂ ਉਦਾਹਰਣ ਹੋਣੇ ਦਿੱਤੀ ਵੀ ਆਸਟ੍ਰੇਲੀਆ 'ਚ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪਿਆ ਜੀ, ਤੇ ਆਪਣੇ ਇੰਡੀਆ ਦੇ ਵਿੱਚ ਵੀ RTI ਐਡੀ ਪਾਵਰਫੁਲ ਚੀਜ਼, ਮਤਲਬ ਚਲੋ ਜਿਹਨੇ ਵੀ ਮਤਲਬ ਲਾਗੂ ਕੀਤੀ ਹੈ ਜੀ, ਪਰ ਉਹ ਬੜੀ ਵਧੀਆ ਚੀਜ਼ ਹੈ, ਬਿਲਕੁਲ ਠੀਕ ਹੈ। ਹੁਣ ਇਹ ਜਿਹੜਾ ਨੁਕਸਾਨ ਹੋਇਆ ਇੰਨੇ ਦਿਨਾਂ ਦਾ, ਉਹਦਾ ਕਿੰਨਾ ਖਰਚਾ ਹੈ, ਇਹ ਕੋਈ ਬੰਦਾ ਪੁੱਛਦਾ ਜੀ? ਕੋਈ ਨੀ ਪੁੱਛਦਾ, ਕਿਉਂਕਿ ਲੋਕਾਂ ਨੂੰ ਇਹ ਅਵੇਅਰਨੈਸ ਨਹੀਂ ਹੈ। ਤੇ ਇਹ ਅਵੇਅਰਨੈਸ ਕੌਣ ਲਿਆ ਸਕਦਾ? ਮੀਡੀਆ ਲਿਆ ਸਕਦਾ। ਤੁਸੀਂ ਇਹੋ ਜਿਹੀਆਂ ਗੱਲਾਂ ਨਾ ਇਹ ਪ੍ਰੋਗਰਾਮ 'ਚ ਦੱਸਿਆ ਕਰੋ ਵੀ ਇਹ ਜਾਣਕਾਰੀ ਲਓ, ਤਾਂ ਕਿ ਅਗਲੀ ਵਾਰ ਜਿਹੜਾ MP ਵੋਟ ਮੰਗਣ ਆਵੇ ਉਹਨੂੰ ਇਹ ਪੁੱਛੋ ਕਿ ਤੂੰ ਸਾਡੇ ਇੰਨੇ ਪੈਸੇ ਖਰਾਬ ਕੀਤੇ ਹੈ, ਵੀ ਤੇਰੇ ਕੋਲ ਇਹਦਾ ਕੀ ਆਨਸਰ ਹੈ। ਜੀ ਜੀ ਬਿਲਕੁਲ ਗਗਨ ਜੀ, ਮੈਂ ਇਹ ਕੋਸ਼ਿਸ਼ ਕਰਦਾ ਵਾਂ, ਕੁਝ ਅੰਕੜੇ ਮੈਂ ਕੱਲ੍ਹ ਪੜ੍ਹੇ ਸੀਗੇ, ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੀ ਇਹ ਟੋਟਲ ਖਰਚ ਕਿੰਨਾ ਵਾ। ਇਹ ਆਪਾਂ ਇਸ ਸ਼ੋਅ ਦੇ ਵਿੱਚ ਡੈਫੀਨੇਟਲੀ ਇਹ ਮੈਂ ਅੰਕੜੇ ਜਿਹੜੇ ਆ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਡੈਫੀਨੇਟਲੀ ਸ਼ੇਅਰ ਕਰੂੰਗਾ। ਬਹੁਤ 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 ਧੰਨਵਾਦ ਗਗਨ ਜੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਹੈ, ਉਸ ਤੋਂ ਬਾਅਦ ਅਸੀਂ ਬ੍ਰੇਕ ਲੈਂਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਬੋਲਦਾ ਜੀ, ਲੋਸ ਏਂਜਲਸ। ਹਾਂਜੀ ਹਾਂਜੀ ਸ਼ਮਸ਼ੇਰ ਸਿੰਘ ਜੀ, ਦੇਖੋ ਜੀ ਆਹ ਤਾਂ ਸੈਸ਼ਨ ਐਵੇਂ ਮਤਲਬ ਮੀਂਹ ਦੇ ਸਰਾਟੇ ਵਾਂਗੂ ਹੀ ਲੰਘ ਗਿਆ। ਹਾਂਜੀ ਹਾਂਜੀ, ਦੇਖੋ ਗੱਲ ਤਾਂ ਇਹ ਵੀ ਜਦ ਤੋਂ ਮੇਰੀ ਸੁਰਤ ਸੰਭਲੀ ਹੈ ਪਿਛਲੇ 40 ਸਾਲਾਂ ਤੋਂ ਮੈਂ ਦੇਖਦਾ ਆ ਰਿਹਾ ਵੀ ਆਪੋਜੀਸ਼ਨ ਦਾ ਜਿਹੜਾ ਰੋਲ ਆ, ਚਾਹੇ ਉਹ ਸੂਬਿਆਂ 'ਚ ਆ ਚਾਹੇ ਕੇਂਦਰ 'ਚ ਆ ਚਾਹੇ ਕਿਸੇ ਪਾਰਟੀ ਦਾ ਰਾਜ ਆ, ਕੋਈ ਪਾਰਟੀ ਆਪੋਜੀਸ਼ਨ ਉਹ ਹਮੇਸ਼ਾ ਨੈਗੇਟਿਵ ਹੀ ਰਿਹਾ ਜੀ। ਜਦੋਂ ਕੋਈ ਆਪੋਜੀਸ਼ਨ ਪਾਰਟੀ ਕਿਸੇ ਤੋਂ ਅਸੀਸਿਆਂ ਦੀ ਮੰਗ ਕਰਦੀ ਹੈ, ਚਾਹੇ ਕੋਈ ਕੇਸ ਆ, ਉਹ 'ਚ ਮੈਂ ਇੱਕ ਜਨਰਲ ਗੱਲ ਕਰਦਾ ਜੀ, ਉਹਦਾ ਆਮ ਲੋਕਾਂ ਨੂੰ ਨਾ ਅਸਤੀਫੇ ਦੇਣ ਦਾ ਫਾਇਦਾ ਹੁੰਦਾ ਤੇ ਨਾ ਉਹਨੂੰ ਗੱਦੀ ਤੇ ਬਣੇ ਬੈਠਣ ਦਾ ਫਾਇਦਾ ਹੁੰਦਾ। ਪਾਰਲੀਮੈਂਟ ਦੇ ਵਿੱਚ ਕਦੇ ਵੀ ਆਪੋਜੀਸ਼ਨ ਨੇ ਜਾਂ ਸਰਕਾਰ ਨੇ ਜਿਹੜੇ ਜਿਹੜੇ ਮੁੱਦੇ ਉਹ ਮੁੱਦਿਆਂ ਦੇ ਆਧਾਰ ਤੇ ਵੋਟਾਂ ਲੈ ਕੇ ਆਏ ਨੇ ਉਹ ਮੁੱਦੇ ਕਦੇ ਨਹੀਂ ਉਠਾਏ ਗਏ, ਹਮੇਸ਼ਾ ਸਿਆਸੀ ਮੁੱਦੇ ਇੱਕ ਦੂਜੇ ਨੂੰ ਨੀਵਾਂ ਉੱਚਾ ਦਿਖਾਉਣ ਨੂੰ ਉਠਾਏ ਜਾਂਦੇ ਨੇ।
ਸ਼ਮਸ਼ੇਰ ਸਿੰਘ ਜੀ, ਤੁਸੀਂ ਇਹ ਗੱਲ ਕੀਤੀ ਕਿ ਅਪੋਜੀਸ਼ਨ ਦਾ ਰੋਲ ਹਮੇਸ਼ਾ ਨੈਗੇਟਿਵ ਹੁੰਦਾ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਸਰਕਾਰ ਆ ਉਹਦਾ ਰੋਲ ਵੀ ਨੈਗੇਟਿਵ ਹੀ ਹੁੰਦਾ ਵਾ, ਅਕਾਊਂਟੇਬਿਲਿਟੀ ਨਹੀਂ ਹੁੰਦੀ? ਜਦੋਂ ਉਹ ਅਪੋਜੀਸ਼ਨ 'ਚ ਹੁੰਦੇ ਆ ਉਹਦਾ ਵੀ ਰੋਲ ਨੈਗੇਟਿਵ, ਉਹੀ ਸਰਕਾਰਾਂ ਨੇ ਜਿਹੜੀਆਂ ਮੁੜ ਮੁੜ ਬੰਦੇ ਆਉਂਦੇ ਨੇ ਜੀ ਹਿੰਦੁਸਤਾਨ 'ਚ ਜੀ। ਸੋ ਇਹ ਜਿਹੜੀਆਂ ਵੋਟਾਂ ਵੇਲੇ ਲੋਕਾਂ ਨਾਲ ਵਾਅਦੇ ਕਰਦੇ ਨੇ ਉਹ ਮੁੱਦੇ ਕਦੇ ਵੀ ਪਾਰਲੀਮੈਂਟ 'ਚ ਕਿਸੇ ਵੀ ਪਾਰਟੀ ਨੇ ਨਹੀਂ ਉਠਾਏ। ਬਿਲਕੁਲ ਠੀਕ ਹੈ, ਬਸ ਇਹੀ ਸਮੱਸਿਆ। ਥੈਂਕ ਯੂ ਵੈਰੀ ਮੱਚ, ਮਿਹਰਬਾਨੀ ਸ਼ਮਸ਼ੇਰ ਸਿੰਘ ਜੀ। ਬਿਲਕੁਲ ਠੀਕ ਆ ਕਿ ਜਿਹੜੇ ਲੋਕਾਂ ਪ੍ਰੋਮਿਸਿਸ ਕਰਕੇ ਇਹ MPs ਪਾਰਲੀਮੈਂਟ ਜਾਂਦੇ ਆ, ਸੰਸਦ ਜਾਂਦੇ ਆ, ਉੱਥੇ ਜਾ ਕੇ ਜਿਹੜੇ ਮੁੱਦੇ ਉਹਨਾਂ ਨੇ ਇਲੈਕਸ਼ਨਾਂ ਵੇਲੇ ਚੁੱਕੇ ਹੁੰਦੇ ਆ ਉਹ ਉੱਥੇ ਜਾ ਕੇ ਭੁੱਲ ਜਾਂਦੇ ਆ, ਹੋਰ ਹੀ ਗੱਲਾਂ ਦੇ ਵਿੱਚ ਪੈ ਜਾਂਦੇ ਆ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇਹ ਮਸਲਾ ਕਿ ਜੋ ਸੰਸਦ ਦੇ ਵਿੱਚ ਹੋਇਆ, ਜਿਵੇਂ ਸੈਸ਼ਨ ਦਾ ਵਾਸ਼ਆਊਟ ਹੋਇਆ, ਇਹਦੇ ਲਈ ਕੌਣ ਜ਼ਿੰਮੇਵਾਰ ਆ, ਇਹ ਆਪਾਂ ਇਸੇ ਤਰ੍ਹਾਂ ਹੀ ਵਿਚਾਰਾਂਗੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਸੰਸਦ ਦੇ ਸੈਸ਼ਨ ਦੀ, ਜਿਹੜਾ ਜਿਹਦੇ 'ਚ ਕੋਈ ਕੰਮਕਾਜ ਨਹੀਂ ਹੋਇਆ, ਬਿਲਕੁਲ ਵਾਸ਼ਆਊਟ ਸੀ। ਜੋ ਵੀ ਇਹ ਸੰਸਦ ਵਿੱਚ ਹੋਇਆ ਉਸ ਨਾਲ ਮੁਲਕ ਦੇ ਲੋਕ ਜਿਹੜੇ ਆ ਆਪਾਂ ਸਾਰਿਆਂ ਨੂੰ ਪਤਾ ਕਾਫੀ ਪਰੇਸ਼ਾਨ ਹੈ, ਸਾਰੇ TV ਚੈਨਲਸ ਅਤੇ ਅਖਬਾਰਾਂ ਦੇ ਵਿੱਚ ਇਹੋ ਹੀ ਚਰਚਾ ਹੋ ਰਹੀ ਆ। ਇੱਕ ਗੈਰ ਕਾਨੂੰਨੀ, ਗੈਰ ਸਰਕਾਰੀ, ਨਾਟ ਗੈਰ ਕਾਨੂੰਨੀ, ਗੈਰ ਸਰਕਾਰੀ ਜਥੇਬੰਦੀ ਯਾਨੀ NGO ਜਿਸ ਦਾ ਨਾਮ ਹੈ ਫਾਊਂਡੇਸ਼ਨ ਫੋਰ ਰੈਸਟੋਰੇਸ਼ਨ ਆਫ ਨੈਸ਼ਨਲ ਵੈਲਿਊਜ਼, ਉਹਨਾਂ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਇੱਕ ਅਰਜ਼ੀ ਵੀ ਦਾਇਰ ਕੀਤੀ ਹੈ। ਇਸ NGO ਨੇ ਇਹ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ MPs ਨੂੰ ਅਕਾਊਂਟੇਬਲ ਠਹਿਰਾਉਣ ਵਾਸਤੇ ਹਦਾਇਤਾਂ ਜਾਰੀ ਕਰੇ। ਹੁਣੇ ਇੱਕ ਸੱਜਣ ਨੇ ਕੁਝ ਅੰਕੜਿਆਂ ਦੀ ਗੱਲ ਕੀਤੀ ਸੀ ਵੀ ਅਸੀਂ ਅੰਕੜੇ ਲੈ ਕੇ ਆਈਏ ਵੀ ਇਹ ਕਿੰਨੇ ਪੈਸੇ ਦੀ ਬਰਬਾਦੀ ਹੈ। ਜੋ ਅੰਕੜੇ ਬਾਹਰ ਆਏ ਨੇ ਉਹਨਾਂ ਮੁਤਾਬਕ ਪਾਰਲੀਮੈਂਟ ਦੇ ਪਿਛਲੇ 6 ਸੈਸ਼ਨਾਂ 'ਚ 2162 ਘੰਟਿਆਂ ਦਾ ਜਿਹੜਾ ਸਮਾਂ ਵਾ, 2162 ਘੰਟਿਆਂ ਦਾ ਸਮਾਂ ਜਿਹੜਾ ਵਾ ਉਹ ਬਰਬਾਦ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ ਪਾਰਲੀਮੈਂਟ ਦੇ ਹਰ ਇੱਕ ਮਿੰਟ ਦੇ ਉੱਤੇ ਕਰੀਬ 2 ਤੋਂ 2.5 ਲੱਖ ਰੁਪਈਆ, ਇੱਕ ਮਿੰਟ 'ਤੇ 2 ਤੋਂ 2.5 ਲੱਖ ਰੁਪਇਆ ਖਰਚ ਹੁੰਦਾ। ਇਹਦਾ ਮਤਲਬ ਹੈ ਇੱਕ ਘੰਟੇ ਦੇ ਵਿੱਚ ਕਰੀਬ 1 ਕਰੋੜ ਤੋਂ ਵੱਧ ਰੁਪਈਆ ਜਿਹੜਾ ਵਾ ਉਹ ਉੱਥੇ ਖਰਚ ਹੁੰਦਾ। ਸੋ ਤੁਸੀਂ ਹਿਸਾਬ ਲਾ ਲਓ ਕਿ ਉੱਥੇ ਜੋ ਕੁਝ ਵੀ ਹੋਇਆ, ਕੰਮਕਾਜ ਨਹੀਂ ਹੋਇਆ, ਉਹ ਕਿੰਨਾ ਪੈਸਾ ਜਿਹੜਾ ਵਾ ਉਸ ਵਾਸਤੇ ਬਰਬਾਦ ਹੋਇਆ। ਕੁਝ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਇਸ ਮਸਲੇ ਤੇ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਕਹਿਣਾ ਜੀ, ਮੈਨੂੰ ਪਾਲ ਹੈ ਜੀ, ਮੈਂ। ਹਾਂਜੀ ਹਾਂਜੀ ਪਾਲ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਹਾਂਜੀ, ਮੈਂ ਕਹਿਣਾ ਚਾਹੁੰਦਾ ਜੀ, ਕਾਂਗਰਸ ਦੇ ਲਾਸਟ ਈਅਰ ਕਰੇਟ ਬੈਲ ਕੀ ਰਹੇ, ਹਾਂ ਹਾਂ, ਪੋਲੀਟੀਕਲੀ ਵੀ, ਮੋਰਲੀ ਵੀ, ਮੇਰਾ ਖਿਆਲ ਜਿਹੜੀਆਂ ਸਟ੍ਰੈਸ ਬੈਂਕਾਂ ਭਰੀ ਜਾਂਦੇ ਆ, ਵੀ ਮੇਰਾ ਨਹੀਂ ਖਿਆਲ ਵੀ ਨਾ ਹੀ ਇਹ ਆਪਦਾ ਮਾਇੰਡ ਸੈਟ ਚੇਂਜ ਕਰ ਰਹੇ ਅਤੇ ਨਾ ਹੀ ਮੇਰਾ ਖਿਆਲ ਕਰ ਸਕਦੇ ਹੈਗੇ। ਓਕੇ, ਅਤੇ ਕੋਈ ਹੋਰ ਵੀ ਕੋਈ ਆਪੋਜੀਸ਼ਨ ਕੋਈ ਕ੍ਰੈਡੀਬਲ ਖੜੀ ਹੋਰ ਹੋਵੇ ਰਹੇ। ਅਤੇ ਬਾਕੀ ਜਿਹੜਾ ਵਾਰਾ ਪ੍ਰਸ਼ਨਾਂ ਦਾ ਮੈਂ ਕਹਿਣਾ ਚਾਹੁੰਦਾ ਜੀ, ਹੁਣ ਆਪਣੇ ਵੀ ਆਪਾਂ ਕਹਿੰਦੇ ਜਿਹੜੀਆਂ ਕਾਰਾਂ ਉਹ 150 ਕਿਲੋਮੀਟਰ ਜਾਣ, 200 ਦੇ ਜਾਣ, ਅਸਮਾਨ 'ਚ ਵੀ ਆਪਣੇ ਵੀ ਅਸੀਂ ਜਾਈਏ 1000 ਕਿਲੋਮੀਟਰ 'ਤੇ, ਫਿਰ ਜਿਹੜੇ ਜਾਨਵਰ ਆ ਜਾਂ ਉਹ ਕੀ ਵੀ ਇੱਥੇ ਵੀ ਹੌਲੀ ਹੌਲੀ ਮੈਂ ਹਿਊਮਨ ਵੀ ਖਤਮ ਹੋ ਜਾਣਗੇ ਜਿਹੜੇ। ਜੀ ਤੁਹਾਡੀ ਨਾ ਗੱਲ ਕੋਈ ਬਹੁਤੀ ਸਮਝ ਨਹੀਂ ਆ ਰਹੀ, ਜਾਂ ਤਾਂ ਮੈਨੂੰ ਆਪਣੇ ਈਮੇਲ ਰਾਹੀਂ ਭੇਜ ਦਿਓ ਆਪਣੇ ਵਿਚਾਰ, ਕਿਉਂਕਿ ਗੱਲ ਨਾ ਥੋੜ੍ਹੀ ਜਿਹੀ ਸਮਝ ਨਹੀਂ ਆ ਰਹੀ। ਮੈਂ ਕੋਸ਼ਿਸ਼ ਕਰ ਰਿਹਾ ਸੀ, ਤੁਸੀਂ ਮੈਨੂੰ ਪਹਿਲਾਂ ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ ਹੈ ਅਤੇ ਹੁਣ ਤੁਸੀਂ ਸ਼ਾਇਦ ਅਵਾਰਾ ਪਸ਼ੂਆਂ ਦੀ ਗੱਲ ਕਰ ਰਹੇ ਜੇ, ਪਰ ਪੂਰੀ ਗੱਲ ਸਮਝ ਨਹੀਂ ਆ ਰਹੀ। ਸੋ ਮੈਂ ਦੂਸਰੀ ਕਾਲ ਹੁਣ ਲੈਣ ਲੱਗਾ ਵਾਂ। ਹੈਲੋ, ਹੈਲੋ, ਹਾਂਜੀ ਹਾਂਜੀ ਭਾਈ ਸਾਹਿਬ, ਮੈਂ ਓਂਕਾਰ ਸਿੱਧੂ ਬੋਲ ਰਿਹਾ ਜੀ। ਹਾਂਜੀ ਹਾਂਜੀ ਓਂਕਾਰ ਸਿੱਧੂ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਉਹ ਮੈਨੂੰ ਜੀ ਆ ਪਾਰਲੀਮੈਂਟ ਦਾ ਸੈਸ਼ਨ ਦੇਖ ਕੇ ਇੱਕ ਗੱਲ ਆਪਣੀ ਜੱਟਾਂ ਲਈ ਚੇਤੇ ਆ ਗਈ ਵੀ ਇੱਕ ਜੱਟ ਨੇ ਕੋਈ ਮੰਗ ਹੀ ਆਪ ਤੇ ਸੱਦ ਲਿਆ ਦੂਜਾ ਜੱਟ, ਉਹ ਕਹਿੰਦਾ ਯਾਰ ਤੂੰ ਪਾੜੇ ਬੜੇ ਮਰੀ ਜਾਂਦਾ, ਉਹ ਜਿਹੜਾ ਮੰਗ ਹੀ ਜੱਟ ਸੀ ਉਹ ਕਹਿੰਦਾ ਮੈਨੂੰ ਵੀ ਪਤਾ ਤੇਰਾ ਜਿਹੜਾ ਤੂੰ ਕੁੜੀ ਦਾ ਵਿਆਹ ਕੀਤਾ
ਜਿੱਦਾਂ ਜੀ ਸ਼ਰੀਕੇ ਨੂੰ ਰੋਟੀ ਪਾਈ ਸੀ, ਸਵਾਲ ਕੁਛ ਹੋਰ ਹੁੰਦਾ ਆ, ਉਹ ਜਵਾਬ ਜਿਹੜਾ ਮੂਹਰੇ ਦੇਣ ਵਾਲੇ ਕੋਲ ਹੋਰ ਦਿੰਦੇ ਆ। ਇਹ ਦੱਸੋ ਜੀ ਕਿਹੜੇ ਪਾਰਲੀਮੈਂਟਰੀ ਦੀਆਂ ਜਾਂ ਜਿਹੜੇ ਸੰਸਦ ਦੇ ਕਿੱਦਾਂ ਦੀਆਂ ਖਪਖਾਨਾ ਕਰਨ ਡੇ, ਇੰਨੀ ਗੱਲ ਆ ਜੀ। ਮਿਹਰਬਾਨੀ ਮਿਹਰਬਾਨੀ ਓਂਕਾਰ ਸਿੱਧੂ ਜੀ, ਬੜਾ ਵਧੀਆ ਐਗਜ਼ਾਮਪਲ ਦਿੱਤਾ ਤੁਸੀਂ। ਇੱਕ ਹੋਰ ਸੱਜਣ ਨਾਲ ਨੇ ਸਾਡੇ, ਦੇਖਦੇ ਹਾਂ ਉਹ ਕੀ ਪ੍ਰਸਤਾਵ ਰੱਖਣਾ ਚਾਹੁੰਦੇ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਗੁਰਬਚਨ ਮਾਨ ਅਰਜ਼ ਕਰ ਰਿਹਾ ਜੀ ਮਿਸ਼ੀਗਨ ਤੋਂ। ਹਾਂਜੀ ਹਾਂਜੀ ਮਾਨ ਸਾਹਿਬ, ਦੱਸੋ ਕੌਣ ਜ਼ਿੰਮੇਵਾਰ ਹੈ ਜੋ ਪਾਰਲੀਮੈਂਟ 'ਚ ਹੋਇਆ? ਮੇਰਾ ਖਿਆਲ ਦੋਵੇਂ ਹੀ ਜ਼ਿੰਮੇਵਾਰ ਨੇ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਮਸਲਾ ਇਹ ਹੈਗਾ ਵੀ ਇਸ ਗੱਲ ਨੂੰ ਸੁਧਾਰਿਆ ਕਿਵੇਂ ਜਾਵੇ। ਜੀ ਓਕੇ, ਦੱਸੋ ਕੀ ਪ੍ਰਸਤਾਵ ਹੈ ਤੁਹਾਡਾ ਉਹਦੇ ਬਾਰੇ। ਜਿੱਥੋਂ ਤੱਕ ਯੂਨਾਈਟਿਡ ਸਟੇਟਸ ਦੀ ਸੈਨੇਟ ਤੇ ਕਾਂਗਰਸ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਆਪਣੀ ਪਾਰਟੀ ਦੇ ਵੀ ਹੁੰਦੇ ਨੇ, ਲੇਕਿਨ ਪਾਰਟੀ ਤੋਂ ਅਬਵ ਵੀ ਹੁੰਦੇ ਨੇ, ਔਰ ਦੋਵਾਂ ਪਾਰਟੀਆਂ ਵਿੱਚ ਹੀ ਹੁੰਦੇ ਨੇ, ਰਾਜ ਕਰਨ ਵਾਲੀ ਪਾਰਟੀ ਦੇ ਵਿੱਚ ਵੀ ਤੇ ਦੂਜੀ ਵਿਰੋਧੀ ਪਾਰਟੀ ਦੇ ਵਿੱਚ। ਜਦੋਂ ਉਹਨਾਂ ਨੂੰ ਲੱਗਦਾ ਵੀ ਇਹ ਗੱਲ ਜਿਹੜੀ ਹੈਗੀ ਹੈ ਇਹ ਕਿਸੇ ਪਾਸੇ ਨਹੀਂ ਲੱਗ ਰਹੀ, ਤੇ ਫਿਰ ਉਹ ਇੱਕ ਦੂਸਰੇ ਨੂੰ ਅਪਰੋਚ ਕਰਦੇ ਨੇ। ਮੇਰਾ ਖਿਆਲ ਇਸ ਕਿਸਮ ਦੀ, ਕਿਉਂਕਿ ਇਹ ਤਾਂ ਹਮੇਸ਼ਾ ਹੀ ਰਹਿਣਾ ਹੀ ਰਹਿਣਾ ਲੋਕ ਰਾਜ ਦੇ ਵਿੱਚ, ਵੱਖਰੀ ਰਾਏ ਤਾਂ ਜ਼ਰੂਰ ਰਹਿਣੀ ਹੈ, ਲੇਕਿਨ ਉਹਨੂੰ ਹੱਲ ਕਿਵੇਂ ਕੀਤਾ ਜਾਵੇ, ਇਹ ਟਾਈਮ ਬਰਬਾਦ ਹੋਣ ਤੋਂ ਕਿਵੇਂ ਬਚਾਇਆ ਜਾਵੇ, ਉਹ ਕੱਲੀ ਦੂਸ਼ਣਬਾਜ਼ੀ ਤੱਕ ਹੀ ਗੱਲ ਨਾ ਰਹਿ ਜਾਵੇ, ਇਹਦੇ ਵਾਸਤੇ ਮੈਨੂੰ ਲੱਗਦੀ ਹੈ ਇੱਕ ਇਹ ਵੀ ਤਰੀਕਾ ਹੈਗਾ, ਜਿਵੇਂ ਐਨ ਜੀ ਓ ਅਤੇ ਜਿਵੇਂ ਤੁਸੀਂ ਸੁਪਰੀਮ ਕੋਰਟ ਦਾ ਜ਼ਿਕਰ ਕੀਤਾ ਉਹ ਵੀ ਹੋਵੇ। ਪਰ ਮੇਰਾ ਖਿਆਲ ਹੈ ਅਖਬਾਰਾਂ ਦੇ ਜਿਹੜੇ ਐਡੀਟਰ ਸਾਹਿਬਾਨ ਨੇ, ਜਿਵੇਂ ਤੁਸੀਂ ਯਤਨ ਕਰ ਰਹੇ ਹੋ, ਉਹਨਾਂ ਦਾ ਇਸ ਵੇਲੇ ਫਰਜ਼ ਬਣਦਾ ਕਿ ਭਾਈ ਆਪਾਂ ਇਸ ਗੱਲ ਨੂੰ ਦਰੁਸਤ ਕਰਨਾ ਹੈ। ਹੁਣ ਦੋਵੇਂ ਪਾਰਟੀਆਂ ਨੇ ਸਾਡੇ ਤੁਹਾਡੇ ਕੋਲ ਆਉਣਾ ਹੈ, ਔਰ ਉਹਨਾਂ ਨੇ ਦੂਜੇ ਦੀ ਵਿਰੋਧਤਾ ਕਰਕੇ ਦੱਸਣਾ ਜੀ ਅਸੀਂ ਬੜੇ ਚੰਗੇ ਸੀ, ਅਸੀਂ ਤਾਂ ਬਹੁਤ ਚਲਾਉਣਾ ਚਾਹੁੰਦੇ, ਦੂਜਿਆਂ ਨੇ ਚੱਲ ਨਹੀਂ ਦਿੱਤਾ। ਤੁਸੀਂ ਉਹਨਾਂ ਨੂੰ ਅਕਾਊਂਟੇਬਲ ਬਣਾਓ ਕਿ ਲਓ ਜੀ ਤੁਸੀਂ ਕੀ ਕੀਤਾ ਇਹਦੇ ਵਿੱਚ, ਸਾਨੂੰ ਹੀ ਆਉਣ ਲੱਗਾ, ਤੁਸੀਂ ਦੋਵੇਂ ਜਾਣੇ ਗਲਤ ਹੋ, ਔਰ ਸਾਡਾ ਮਤਲਬ ਸੀਗਾ ਜਦੋਂ ਅਸੀਂ ਤੁਹਾਨੂੰ ਚੁਣ ਕੇ ਭੇਜਿਆ ਸੀਗਾ, ਸਾਡੇ ਸਾਨੂੰ ਤੁਸੀਂ ਆਹ ਚੀਜ਼ਾਂ ਆਖੀਆਂ ਸੀਗੀਆਂ, ਦੱਸੋ ਵੀ ਤੁਸੀਂ ਇਸ ਸੈਸ਼ਨ ਦੇ ਵਿੱਚ ਉਹ ਕਿੰਨੀਆਂ ਅਕੰਪਲਿਸ਼ ਕੀਤੀਆਂ ਹੁਣ ਤੱਕ। ਦੇਖੋ ਮਾਨ ਸਾਹਿਬ, ਅਖਬਾਰਾਂ ਨੇ, ਅਖਬਾਰਾਂ ਦੇ ਐਡੀਟਰਸ ਨੇ, ਕੁਝ ਇੰਡਸਟਰੀਅਲਿਸਟ ਨੇ ਵੀ ਇੱਕ ਪਟੀਸ਼ਨ ਵੀ ਪਾਈ ਸੀ, ਇੰਡਸਟਰੀਅਲਿਸਟ ਨੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਸੀ, ਉਹ ਸਭ ਨੇ ਕਿਹਾ ਵਾ ਵੀ ਇਸ ਸੈਸ਼ਨ ਨੂੰ ਚੱਲਣ ਦਿੱਤਾ ਜਾਵੇ। ਸਾਰੇ ਇਹ ਵੀ ਕਹਿੰਦੇ ਆ ਵੀ ਸਰਕਾਰ ਵੀ ਅਕਾਊਂਟੇਬਲ ਹੋਵੇ, ਜਿਹੜੇ ਦਾਗੀ ਮੰਤਰੀ ਆ ਉਹ ਆਪਣੇ ਆਪ ਅਸਤੀਫਾ ਦੇਣ ਜਾਂ ਉਹਨਾਂ ਦੇ ਖਿਲਾਫ਼ ਇਨਕੁਆਇਰੀ ਹੋਣੀ ਚਾਹੀਦੀ ਹੈ। ਪਰ ਜੇ ਸਰਕਾਰਾਂ ਇਹ ਕੁਝ ਨਾ ਕਰਨ, ਜੇ ਉਹ ਜਵਾਬਦੇਹੀ ਨਾ ਬਣਨ, ਜੇ ਉਹ ਇਨਕੁਆਇਰੀਆਂ ਨਾ ਆਰਡਰ ਕਰਨ, ਤਾਂ ਉਹਦੇ 'ਤੇ ਫਿਰ ਕੋਈ ਅਖਬਾਰਾਂ ਦੇ ਐਡੀਟਰ ਜਾਂ ਕੋਈ ਹੋਰ ਉਦਯੋਗਪਤੀ ਜਾਂ ਕੋਈ ਐਨ ਜੀ ਓਜ਼ ਉਹ ਬਹੁਤਾ ਕੁਝ ਕਰ ਨਹੀਂ ਸਕਦੇ। ਇੱਥੇ ਉਹੀ ਕੁਝ ਹੋ ਰਿਹਾ ਵਾ। ਸੋ ਜਦੋਂ ਅਕਾਊਂਟੇਬਿਲਟੀ ਤਦ ਹੀ ਹੁੰਦੀ ਹੈ ਜੇ ਬੰਦਾ ਅਕਾਊਂਟੇਬਿਲਟੀ ਆਪ ਵੀ ਐਕਸੈਪਟ ਕਰੇ ਨੈਤਿਕ ਤੌਰ ਦੇ ਉੱਤੇ। ਸੋ ਇਹ ਪ੍ਰੋਬਲਮ ਇੱਥੇ ਆ ਰਹੀ ਆ। ਖੈਰ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ। ਇੱਕ ਹੋਰ ਸੱਜਣ ਨਾਲ ਨੇ ਸਾਡੇ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸੁਖਪ੍ਰੀਤ ਬੋਲ ਰਹੇ? ਹਾਂਜੀ ਹਾਂਜੀ ਸੁਖਪ੍ਰੀਤ, ਦੱਸੋ ਕੀ ਵਿਚਾਰ ਹੈ ਤੁਹਾਡਾ? ਇਹ ਨਾ ਹਾਂਜੀ ਅੰਕਲ, ਇਹ ਦੋਨੋਂ ਪਾਰਟੀਆਂ ਪਰ ਸਪੀਕਰ ਸਾਰੇ ਜ਼ਿੰਮੇਵਾਰ ਵਾ, ਹੈ ਨਾ, ਕਿਉਂਕਿ ਇਹ ਕੋਈ ਵੀ ਆਪਣੀ ਆਪਣੀ ਜਗ੍ਹਾ ਤੇ ਅਕਾਊਂਟੇਬਲ ਨਹੀਂ ਹੈਗਾ ਕਿ ਸਾਡੀ ਮਤਲਬ ਕੋਈ ਜ਼ਿੰਮੇਵਾਰੀ ਕੀ ਆ, ਅਸੀਂ ਇਹਨੂੰ ਕਿੱਦਾਂ ਨਿਭਾਉਣੀ ਆ। ਬਾਕੀ ਅੰਕਲ ਜੀ, ਦੂਸਰੀ ਗੱਲ, ਜਿਹੜਾ ਸਪੀਕਰ ਹੁੰਦਾ ਨਾ, ਇਹ ਜੱਜ ਹੁੰਦਾ ਹੈ ਨਾ ਪਾਰਲੀਮੈਂਟ ਦਾ ਜੀ, ਇਹ ਜਿਹੜਾ ਜੱਜ ਆ ਜਿਹੜੀ ਪਾਰਟੀ ਜਿੱਤਦੀ ਆ ਉਹ ਆਪਣਾ ਬਣਾ ਲੈਂਦੀ ਆ, ਇਹ ਇੱਦਾਂ ਨਹੀਂ ਹੋਣਾ ਚਾਹੀਦਾ। ਇਹ ਤਾਂ ਇੰਡੀਪੈਂਡੈਂਟ ਜੱਜ ਹੋਣਾ ਚਾਹੀਦਾ ਆ, ਉਹ ਕਿਸੇ ਜਿਹੜਾ ਕਿਸੇ ਪਾਰਟੀ ਦਾ ਨਾ ਹੋਵੇ, ਉਹ ਦੋਨੋਂ ਪਾਰਟੀਆਂ ਦੀ ਗੱਲ ਸੁਣ ਸਕੇ, ਔਰ ਉਹ ਤੇ ਵਿਚਾਰ ਕਰ ਸਕੇ, ਔਰ ਜਿਹੜਾ ਪਾਸਾ ਸਹੀ ਆ ਉਹਨੂੰ ਸਹਿਮਤੀ ਦੇ ਸਕੇ, ਹੈ ਨਾ। ਬਿਲਕੁਲ ਸਹੀ ਸਹੀ ਗੱਲ ਤੁਸੀਂ ਸਹੀ ਗੱਲ ਤੁਸੀਂ ਕੀਤੀ ਆ, ਲੇਕਿਨ ਉਹ ਦਿੱਕਤ ਇਹ ਹੁੰਦਾ ਵਾ ਵੀ ਹਰ MP ਜਿਹਨੂੰ ਜਿੱਤ ਕੇ ਆਉਂਦਾ ਵਾ ਉਹ ਕਿਸੇ ਨਾ ਕਿਸੇ ਪਾਰਟੀ ਦਾ ਮੈਂਬਰ ਹੁੰਦਾ ਵਾ। ਸੋ ਉਹ ਜਦੋਂ ਸਪੀਕਰ ਬਣ ਜਾਂਦਾ ਜਾਂ ਤਾਂ ਉਹ ਆਪਣੀ ਪਾਰਟੀ ਦੀ ਮੈਂਬਰਸ਼ਿਪ ਤੋਂ ਉਹਦੇ ਤੋਂ ਅਸਤੀਫਾ ਦੇਵੇ, ਉਹਦਾ ਫਿਰ ਮਸਲਾ ਇਹ ਹੋ ਜਾਂਦਾ ਵੀ ਅਗਲੀ ਇਲੈਕਸ਼ਨ ਜਿਹੜੀ ਆ ਫਿਰ ਉਹ ਕਿਵੇਂ ਲੜੇ, ਜੇ ਉਹ ਇੱਕ ਵਾਰੀ ਪਾਰਟੀ ਨੂੰ ਛੱਡ ਗਿਆ ਵਾ ਤਾਂ ਫਿਰ ਅਗਲੀ ਇਲੈਕਸ਼ਨ ਕਿਵੇਂ ਲੜੇ, ਔਰ ਜੇ ਉਹਦਾ ਜਿਹੜਾ ਰਵੱਈਆ ਵਾ
ਬਤੌਰ ਸਪੀਕਰ ਪਾਰਟੀ ਨੂੰ ਪਸੰਦ ਨਾ ਆਵੇ ਜਿਹੜੀ ਪਾਰਟੀ ਉਹਨੇ ਛੱਡੀ ਆ ਅਤੇ ਉਹ ਪਾਰਟੀ ਉਹਨੂੰ ਦੁਬਾਰਾ ਸ਼ਾਇਦ ਲਊਗੀ ਨਹੀਂ ਉਸ ਤੋਂ ਬਾਅਦ ਜਦੋਂ ਉਹਨੇ ਚੋਣਾਂ ਲੜਨੀਆਂ ਹੋਣ। ਸੋ ਇਹ ਮਸਲੇ ਬੜੇ ਗੰਭੀਰ ਨੇ, ਸੰਵਿਧਾਨਿਕ ਮਸਲੇ ਆ, ਇਹਨਾਂ 'ਤੇ ਮੇਰੇ ਖਿਆਲ ਵਿਚਾਰ ਵਟਾਂਦਰੇ ਦੀ ਡੈਫੀਨੇਟਲੀ ਲੋੜ ਆ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਵਿਊ ਪੁਆਇੰਟ ਹੈ। ਹੈਲੋ ਹੈਲੋ ਸੰਸਾ, ਸਤਿ ਸ਼੍ਰੀ ਅਕਾਲ, ਜਸਕਮਰਵੀਰ ਸਿੰਘ ਬੋਲ ਰਿਹਾ। ਹਾਂਜੀ ਹਾਂਜੀ ਜਸਕਮਰ ਜੀ, ਸਤਿ ਸ਼੍ਰੀ ਅਕਾਲ। ਤੁਹਾਡੀ ਮੇਰੀ ਉਹ ਕੱਲ੍ਹ ਇੱਕ ਈਮੇਲ ਵੀ ਆਈ ਆ ਤੁਹਾਡੇ ਪੁਰਾਣੇ ਮਸਲੇ 'ਤੇ, ਮੈਂ ਉਹ ਇੱਕ ਦੋ ਦਿਨਾਂ ਦੇ ਵਿੱਚ ਲਊਂਗਾ। ਹਾਂਜੀ ਥੈਂਕ ਯੂ ਜੀ। ਅੱਛਾ, ਇਸ ਚੀਜ਼ ਬਾਰੇ ਜਿਹੜੀ ਹੈ ਨਾ ਕਿ ਦੇਖੋ, ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਮੇਜਰ ਡਿਫਰੈਂਸ ਹੈ ਨਾ ਜੀ, ਉਹ ਇਹ ਆ ਕਿ ਪਾਰਟੀ ਦੇ ਵਫ਼ਾਦਾਰ ਹੋਣਾ ਜਿਹੜੀ ਚੀਜ਼ ਹੈ ਨਾ, ਪਾਰਟੀ ਦੇ ਵਫ਼ਾਦਾਰ ਹੋਣ ਤੋਂ ਪਹਿਲਾਂ ਜਿਹਨਾਂ ਲੋਕਾਂ ਦੇ ਨੁਮਾਇੰਦੇ ਨੇ ਜੀ, ਉਹਨਾਂ ਪ੍ਰਤੀ ਵਫ਼ਾਦਾਰ ਹੋਣਾ ਇਹਨਾਂ ਦਾ ਜ਼ਰੂਰੀ ਫਰਜ਼ ਬਣਦਾ ਹੈ। ਬਿਲਕੁਲ ਠੀਕ ਹੈ। ਤੇ ਹੁਣ ਇੱਕ ਪਾਰਟੀ ਜਿਹੜੀ ਹੈ, ਜੇ ਪਾਰਟੀ ਦੇ ਵਿੱਚ ਇਹ ਗਲਤ ਕੰਮ ਹੋ ਰਹੇ ਨੇ ਜੀ, ਤੇ ਉਹ ਲੋਕਾਂ ਦੇ ਅਗੇਂਸਟ ਜਾ ਰਹੇ, ਲੋਕਾਂ ਦੀ ਭਲਾਈ ਦੇ, ਤੇ ਡੋਂਟ ਯੂ ਥਿੰਕ ਮੋਰਲੀ ਇਹਨਾਂ ਲੋਕਾਂ ਨੂੰ, ਜਿਹਨਾਂ ਲੋਕਾਂ ਨੇ ਇਲੈਕਟ ਕੀਤਾ ਆ, ਇਹ ਇਹਨਾਂ ਲੋਕਾਂ ਦਾ ਫਰਜ਼ ਬਣਦਾ ਆ ਕਿ ਜਿਹੜੇ ਪਬਲਿਕ ਇੰਟਰਸਟ ਦੇ ਅਗੇਂਸਟ ਚੀਜ਼ਾਂ ਜਾ ਰਹੀਆਂ ਨੇ ਉਹਦੇ ਅਗੇਂਸਟ ਬੋਲਣ, ਬੇਸ਼ੱਕ ਇਹਨਾਂ ਦੀ ਪਾਰਟੀ ਦਾ ਟੌਪਿਕ ਹੈ ਉਹ ਜੀ, ਕਿਉਂਕਿ ਜਿੰਨੀ ਦੇਰ ਇਹ ਚੀਜ਼ ਨਹੀਂ ਹੋਏਗੀ ਕਿ ਮਤਲਬ ਤੁਸੀਂ ਜੀ ਅਸੀਂ ਪਾਰਟੀ ਦੇ ਵਫ਼ਾਦਾਰ ਹਾਂ, ਦੈਨ ਹਾਉ ਕਮ ਕੇ ਸੰਵਿਧਾਨ ਦੇ ਵਫ਼ਾਦਾਰ ਨਹੀਂ ਗੇ ਹੈਗੇ, ਪਬਲਿਕ ਦੇ ਵਫ਼ਾਦਾਰ ਨਹੀਂ, ਜਿਹੜੀ ਪਬਲਿਕ ਨੇ ਇਹਨਾਂ ਨੂੰ ਚੁਣਿਆ ਉਹਨਾਂ ਦੇ ਵਫ਼ਾਦਾਰ ਨਹੀਂ ਗੇ ਹੈਗੇ, ਤੇ ਵਟ ਇਜ਼ ਦਾ ਵਫ਼ਾਦਾਰੀ। ਦੇਖੋ ਜਸਕਮਰ ਜੀ, ਉਹਦੇ 'ਚ ਇੱਕ ਦਿੱਕਤ, ਮਾਫ਼ ਕਰਨਾ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਇਹ ਠੀਕ ਆ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਾਰਟੀ 'ਤੇ ਵਫ਼ਾਦਾਰ ਹੋਣ ਤੋਂ ਪਹਿਲਾਂ ਬੰਦੇ ਨੂੰ ਨੈਤਿਕ ਤੌਰ 'ਤੇ ਆਪਣੀ ਕੌਨਸਟੀਚੁਐਂਸੀ ਦੇ ਵਫ਼ਾਦਾਰ ਹੋਣਾ ਚਾਹੀਦਾ ਵਾ, ਹਰ ਐਮ ਪੀ ਨੂੰ ਸੰਵਿਧਾਨ ਦੇ ਵਫ਼ਾਦਾਰ ਹੋਣਾ ਚਾਹੀਦਾ ਵਾ। ਲੇਕਿਨ ਉੱਥੇ ਦਿੱਕਤ ਇਹ ਆ ਜਾਂਦੀ ਵੀ ਕਈ ਵਾਰ ਇਹੋ ਜਿਹੇ ਪੇਚੀਦੇ ਮਸਲਿਆਂ 'ਤੇ, ਵਿਵਾਦਿਕ ਮਸਲਿਆਂ ਦੇ ਉੱਤੇ ਪਾਰਟੀਜ਼ ਵਿਪ ਜਾਰੀ ਕਰ ਦਿੰਦੀਆਂ ਵਾ ਕਿ ਤੁਸੀਂ ਆਹ ਹੀ ਸਟੈਂਡ ਲੈਣਾ ਵਾ, ਇਸ ਸਟੈਂਡ ਨੂੰ ਸਪੋਰਟ ਕਰਨਾ। ਹੁਣ ਇਸ ਮਸਲੇ 'ਤੇ ਜੇ ਹਾਲੀ ਤੱਕ ਤਾਂ ਵਿਪ ਜਾਰੀ ਨਹੀਂ ਕੀਤੀ, ਪਰ ਜੇ ਭਾਜਪਾ ਵਿੱਚ ਵਿਪ ਜਾਰੀ ਕਰਦੇ ਵੀ ਅਸੀਂ ਇਸ ਮਸਲੇ 'ਤੇ ਜੇ ਵੋਟਿੰਗ ਹੋਈ ਤਾਂ ਅਸੀਂ ਇਹ ਨਹੀਂ ਸੁਸ਼ਮਾ ਸਵਰਾਜ ਦਾ ਅਸਤੀਫਾ ਲੈਣਾ, ਔਰ ਅਸੀਂ ਕਹਿਣਾ ਵਾ ਵੀ ਉਹ ਜ਼ਿੰਮੇਵਾਰ ਨਹੀਂ ਗੇ, ਉਹ ਦੋਸ਼ੀ ਨਹੀਂ ਗੇ, ਅਤੇ ਫਿਰ ਸਾਰੀਆਂ ਪਾਰਟੀਆਂ ਨੂੰ ਉਸੇ ਤਰ੍ਹਾਂ ਹੀ ਵੋਟ ਕਰਨੀ ਪੈਂਦੀ ਹੈ। ਸੋ ਇਹ ਇਸ਼ੂਜ਼ ਆ, ਕੌਨਸਟੀਟਿਊਸ਼ਨਲ ਇਸ਼ੂਜ਼ ਆ ਇਹ। ਜਸਕਮਰ ਜੀ ਹੈਲੋ, ਸ਼ਾਇਦ ਕਾਲ ਕੱਟ ਗਈ ਆ ਮੇਰਾ ਖਿਆਲ ਹੈ, ਕਿਉਂਕਿ ਹਾਲੀ ਸਾਡੀ ਗੱਲ ਵਿੱਚ ਚੱਲ ਰਹੀ ਸੀ। ਮੈਂ ਆਸ ਕਰਦਾ ਕਿ ਉਹ ਦੁਬਾਰਾ ਕਾਲ ਕਰਨਗੇ ਔਰ ਇਹ ਗੱਲ ਜਿਹੜੀ ਅਸੀਂ ਅੱਗੇ ਲੈ ਕੇ ਜਾਵਾਂਗੇ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਇੱਕ ਬ੍ਰੇਕ ਲਵਾਂਗੇ। ਹੈਲੋ ਹੈਲੋ, ਕਾਲ ਜਿਹੜੀ ਆ ਸ਼ਾਇਦ ਇਹ ਵੀ ਕੱਟ ਗਈ। ਇੱਕ ਹੋਰ ਕਾਲਰ ਵੀ ਸਾਡੇ ਨਾਲ ਜੁੜੇ ਆ। ਹੈਲੋ, ਮੇਰਾ ਖਿਆਲ ਕੋਈ ਤਕਨੀਕੀ ਦਿੱਕਤ ਆ ਕੇ ਕਾਲ ਲਗਾਤਾਰ ਜਦੋਂ ਪੈਚ ਹੋਣ ਲੱਗਦੀ ਆ ਉਹ ਕੱਟ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸੁਖਬੀਰ ਇਕਬਾਲ ਬੋਲ ਰਿਹਾ। ਹਾਂਜੀ ਹਾਂਜੀ ਸੁਖਬੀਰ ਜੀ, ਹਾਂਜੀ 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 ਹਾਂਜੀ, ਗੱਲ ਕਰੋ ਸੁਖਬੀਰ ਜੀ, ਤੁਹਾਡੀ ਬਿਲਕੁਲ ਔਨ ਏਅਰ ਜੇ ਤੁਸੀਂ। ਮੁੱਦੇ ਜੋ ਕਈ ਮੁੱਦੇ ਨਿਕਲ ਆਏ ਆ, ਹਾਂ ਹਾਂ, ਇੱਕੋ ਤੇ ਗੱਲ ਕਰਾਂਗੇ ਸਪੀਕਰ ਦੇ ਰੋਲ ਤੇ ਜੀ। ਮੈਂ ਤਾਂ ਸਪੀਕਰ ਦੇ ਰੋਲ ਤੇ ਗੱਲ ਕਰਦੇ ਆ, ਹਾਂ ਹਾਂ, ਜਿਹੜੀ ਸਪੀਕਰ ਦੀ ਪੋਸਟ ਹੈਗੀ ਆ, ਓਕੇ, ਇਹਦੀ ਜੇ ਪਿੱਛੇ ਜਾਈਏ ਪਿਛੋਕੜ ਵਿੱਚ, ਇਹ ਸ਼ੁਰੂ ਹੋਈ ਸੀ ਇੰਗਲੈਂਡ ਦੀ ਡੈਮੋਕ੍ਰੇਸੀ ਦੇ ਨਾਲ ਜੀ ਜੀ, ਜਿੱਥੇ ਸਪੀਕਰ ਨੂੰ ਚਾਰ ਬੰਦੇ ਕੁਰਸੀ ਤੇ ਬਿਠਾ ਕੇ ਕੰਨਿਆਂ ਤੇ ਚੱਕ ਕੇ ਲਿਜਾਂਦੇ ਹੁੰਦੇ ਸੀਗੇ ਜੀ, ਤਾਂ ਇੰਸਟਾਲਡ ਕਰਦੇ ਸੀਗੇ ਜੀ, ਉਹ ਹੁੰਦਾ ਸੀਗਾ ਕਿ ਜਿਹੜਾ ਬੜੇ ਗੁਰਦੇ ਵਾਲਾ ਬੜਾ ਤਗੜਾ ਬੰਦਾ ਜਿਹੜਾ ਕਿੰਗ ਦੇ ਸਾਹਮਣੇ ਜਾ ਕੇ ਡੈਮੋਕ੍ਰੈਟਿਕ ਇਲੈਕਟਡ ਰਿਪ੍ਰੈਜ਼ੈਂਟੇਟਿਵ ਦੀ ਗੱਲ ਪੇਸ਼ ਕਰਦੇ ਜੀ। ਦੂਜਾ ਹੈਗਾ ਕਿ ਅਮਰੀਕਾ ਦੇ ਵਿੱਚ ਜਿਹੜਾ ਸਪੀਕਰ ਹੈਗਾ ਆ,
ਉਹਦੀ ਪੋਸਟ ਵੀ ਬੜੀ ਇੰਪੋਰਟੈਂਟ ਹੈਗੀ ਆ। ਨਹੀਂ ਨਹੀਂ, ਸਪੀਕਰ ਦੀ ਪੋਸਟ ਹਰ ਥਾਂ ਇੰਪੋਰਟੈਂਟ ਹੈ ਜੀ। ਨੰਬਰ 2 ਬਣ ਗਿਆ ਸੁਬੀਰ ਦਵਾਲ ਜੀ, ਸਪੀਕਰ ਦੀ ਪੋਸਟ ਹਰ ਥਾਂ ਇੰਪੋਰਟੈਂਟ ਹੈ, ਪਰ ਕੀ ਕਰਨਾ ਚਾਹੀਦਾ ਆਪਾਂ ਨੂੰ ਵੀ ਸਪੀਕਰ ਜਿਹੜਾ ਹੈ ਉਹ ਇੰਪਾਰਸ਼ਲ ਹੋਵੇ? ਅਮਰੀਕਾ ਦੇ ਵਿੱਚ ਇਹਨੂੰ 2 ਜਾਂ ਨੰਬਰ ਜਾਂ 3 ਨੰਬਰ ਜੀ, ਤੇ ਇੱਥੇ ਅਗਰ 2 ਨੰਬਰ ਇੱਦਾਂ ਜਦੋਂ ਜੁਆਇੰਟ ਸੈਸ਼ਨ ਹੁੰਦਾ ਨਾ ਤਾਂ ਸਪੀਕਰ ਤਾਂ ਵਾਈਸ ਪ੍ਰੈਜ਼ੀਡੈਂਟ ਦੋਨੋਂ ਇਕੱਠੇ ਬੈਠੇ ਹੁੰਦੇ ਆ, ਸਪੀਕਰ ਦਾ ਰੋਲ ਜਿਹੜਾ ਜ਼ਿਆਦਾ ਹੁੰਦਾ ਜੀ। ਤੀਜਾ ਹੈਗਾ ਕਿ ਇੰਡੀਆ ਦੇ ਸਪੀਕਰ ਦੀ, ਇੰਡੀਆ ਦਾ ਸਪੀਕਰ ਤਾਂ ਇੱਦਾਂ ਹੈਗਾ ਕਿ ਇੱਕ ਡੰਪਿੰਗ ਗਰਾਊਂਡ ਮੰਨਿਆ ਜਾਂਦਾ ਕਿ ਜਿਹੜਾ ਪਾਰਟੀ ਦੀ ਮੈਜੋਰਟੀ ਹੈਗੀ ਆ ਉਹ ਪੋਲੀਟੀਸ਼ੀਅਨ ਜਿਹੜਾ ਓਨਾ ਤਕੜਾ ਨਹੀਂ ਪਰ ਉਹਨੂੰ ਕੋਈ ਓਨਰ ਦੇਣੀ ਆ ਉਹਨੂੰ ਸਪੀਕਰ ਬਣਾ ਦਿੰਦੇ ਹੈਗੇ ਆ ਜੀ। ਭਾਵੇਂ ਉਹ ਮੀਰਾ ਹੋਵੇ ਤੇ ਭਾਵੇਂ ਉਹ ਮਹਾਜਨ ਹੋਵੇ, ਉਹਨਾਂ ਦਾ ਕੰਮ ਹੁੰਦਾ ਹੱਸ ਦੇ। ਨਹੀਂ, ਡੰਪਿੰਗ ਗਰਾਊਂਡ ਤੇ ਐਗਜ਼ੈਕਟਲੀ ਨਹੀਂ ਗਾ, ਕਿਉਂਕਿ ਜੇ ਸਪੀਕਰ ਬਤੌਰ ਸਪੀਕਰ ਬਣ ਕੇ ਉਹ ਕਾਫੀ ਇੰਡੀਪੈਂਡੈਂਟਲੀ ਕੰਮ ਕਰ ਸਕਦਾ ਵਾ, ਜੇ ਤੁਸੀਂ ਉਹਨੂੰ ਡੰਪ ਕੀਤਾ ਵਾ ਜੋ ਉਹਦੀ ਮਰਜ਼ੀ ਦੇ ਖਿਲਾਫ ਤੁਹਾਨੂੰ ਤੁਸੀਂ ਉਹਨੂੰ ਇਲੈਕਟ ਕੀਤਾ ਵਾ ਤੇ ਉਹ ਤੁਹਾਨੂੰ ਐਂਬੈਰਸ ਵੀ ਕਰ ਸਕਦਾ ਵਾ, ਸਰਕਾਰ ਨੂੰ ਫੋਰਸ ਕਰ ਸਕਦਾ ਵਾ ਵੀ ਉਹ ਸਰਕਾਰ ਜਿਹੜੀ ਆ ਲੋਕਾਂ ਪ੍ਰਤੀ ਅਕਾਊਂਟੇਬਲ ਹੋਵੇ। ਹਾਂਜੀ ਸੁਖਬੀਰ ਜੀ, ਉਹ ਇੰਗਲੈਂਡ ਦੀ ਡੈਮੋਕ੍ਰੇਸੀ ਚ ਉਹ ਸੀਗਾ ਜੀ ਜੀ। ਸੋ ਕੀ ਤੁਸੀਂ ਕੋਈ ਵਿਚਾਰ ਰੱਖਣਾ ਚਾਹੁੰਦੇ ਜੀ, ਕੀ ਕਰਨ ਦੀ ਲੋੜ ਹੈ? ਨਹੀਂ, ਕਰਨਾ ਕੀ ਹੈ, ਜਦ ਹੈ ਸਿਸਟਮ ਹੀ ਇੱਦਾਂ ਹੈਗਾ ਤੇ ਇੱਦਾਂ ਹੀ ਚੱਲਣਾ, ਇੱਦਾਂ ਹੀ ਸਿਸਟਮ ਚੱਲਣਾ। ਇੱਥੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਅਸੀਂ ਵਿਚਾਰ ਕਰ ਰਹੇ ਹਾਂ ਕਿ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਵਾਸ਼ਆਊਟ ਹੋਇਆ ਉਹਦੇ ਲਈ ਕੌਣ ਜ਼ਿੰਮੇਵਾਰ ਸੀ ਔਰ ਕੀ ਕਰਨ ਦੀ ਲੋੜ ਆ ਵੀ ਅੱਗੇ ਤੋਂ ਇਸ ਤਰ੍ਹਾਂ ਦੇ ਸੈਸ਼ਨ ਜਿਹੜੇ ਆ ਉਹ ਵਾਸ਼ਆਊਟ ਨਾ ਹੋਣ, ਇਹ ਮਸਲਾ ਆਪਾਂ ਵਿਚਾਰਾਂਗੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਅਸੀਂ ਗੱਲ ਕਰ ਰਹੇ ਹਾਂ ਲੋਕ ਸਭਾ ਦੇ ਸੈਸ਼ਨ ਦੀ, ਜਿਹੜਾ ਐਕਚੁਅਲੀ ਟੋਟਲੀ ਮੌਨਸੂਨ ਸੈਸ਼ਨ ਦਾ ਸੀ ਉਹ ਵਾਕਆਊਟ ਹੋ ਗਿਆ, ਵਾਸ਼ਆਊਟ ਹੋ ਗਿਆ। ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਨੋ ਵਰਕ ਨੋ ਪੇ ਦਾ ਪ੍ਰਿੰਸੀਪਲ, ਵੀ ਇਹ ਜੇ ਕੰਮ ਨਹੀਂ ਕਰੋਗੇ ਤਾਂ ਤਨਖਾਹ ਨਹੀਂ ਮਿਲੂਗੀ, ਨੋ ਵਰਕ ਨੋ ਪੇ ਦਾ ਪ੍ਰਿੰਸੀਪਲ ਜਿਹੜਾ ਵਾ ਉਹ MPs 'ਤੇ ਵੀ ਲਾਗੂ ਹੋਣਾ ਚਾਹੀਦਾ ਵਾ। ਪਰ ਇੱਥੇ ਮਸਲਾ ਇਹ ਵੀ ਬਣਦਾ ਹੈ ਕਿ ਜੇ ਸਰਕਾਰ ਭ੍ਰਸ਼ਟ ਲੋਕਾਂ ਦੇ ਖਿਲਾਫ਼ ਕੋਈ ਕਾਰਵਾਈ ਨਾ ਕਰੇ ਤਾਂ ਵਿਰੋਧੀ ਧਿਰਾਂ ਕੋਲ ਰੌਲਾ ਰੱਪਾ ਪਾਉਣ ਤੋਂ ਇਲਾਵਾ ਹੋਰ ਕੀ ਰਸਤਾ ਬਚਦਾ ਹੈ? ਸੋ ਇੱਕ ਸੰਸਦ ਦੇ ਉੱਤੇ ਉੱਠ ਕੇ, ਇਹ ਇੱਕ ਮੇਰਾ ਖਿਆਲ ਹੈ ਪਾਰਲੀਮੈਂਟ ਦੇ ਮਸਲੇ ਤੋਂ, ਸੰਸਦ ਦੇ ਮਸਲੇ ਤੋਂ ਉੱਤੇ ਉੱਠ ਕੇ ਇੱਕ ਸੰਵਿਧਾਨਿਕ ਮਸਲਾ ਜਿਹੜਾ ਵਾ ਉਹ ਬਣਦਾ ਨਜ਼ਰ ਆ ਰਿਹਾ ਵਾ। ਇਸ ਜੋ ਇਸ ਸੈਸ਼ਨ ਦੇ ਵਿੱਚ ਹੋਇਆ ਉਸ ਲਈ ਮੇਰੇ ਮੁਤਾਬਕ ਦੋਵੇਂ ਤਰ੍ਹਾਂ ਭਾਜਪਾ ਅਤੇ ਕਾਂਗਰਸ ਜ਼ਿੰਮੇਵਾਰ ਨੇ। ਭਾਜਪਾ ਇਸ ਲਈ ਕਿ ਉਹ ਅਕਾਊਂਟੇਬਿਲਿਟੀ ਤੋਂ ਆਪਣੀ ਬਹੁਮਤ ਦੇ ਜ਼ਰੀਏ ਕਿਨਾਰਾ ਕਰਦੀ ਰਹੀ, ਅਤੇ ਕਾਂਗਰਸ ਇਸ ਕਰਕੇ ਕਿ ਉਸਨੇ ਬਾਕੀ ਕੰਮਕਾਜ ਉੱਥੇ ਨਹੀਂ ਹੋਣ ਦਿੱਤਾ, ਬਾਕੀ ਕੰਮਕਾਜ ਦੇ ਵਿੱਚ ਵਿਘਨ ਪਾਇਆ। ਸਪੀਕਰ ਵੀ ਸ਼ਾਇਦ ਕੁਝ ਹੱਦ ਤੱਕ ਜ਼ਿੰਮੇਵਾਰ ਨੇ ਕਿ ਉਹਨਾਂ ਨੇ ਇਸ ਮਸਲੇ ਨੂੰ ਇੱਕ ਇੰਪਾਰਸ਼ਲ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਮੇਰਾ ਵਿਚਾਰ ਹੈ, ਲੇਕਿਨ ਬਾਕੀ ਦਰਸ਼ਕਾਂ ਦਾ ਕੀ ਵਿਚਾਰ ਹੈ ਆਓ ਸੁਣਦੇ ਹਾਂ। ਹੈਲੋ, ਹੈਲੋ, ਹਾਂਜੀ ਹਾਂਜੀ ਭਾਈ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਹਰਦਿਆਲ ਸਿੰਘ ਭੁੱਲੋ ਬੋਲਦਾ ਜੀ ਸਾਰੇ ਨੂੰ। ਹਾਂਜੀ ਹਾਂਜੀ ਭਾਈ ਸਾਹਿਬ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਬਸ ਕਹਿਣਾ ਤਾਂ ਹੈ ਵੀ ਦੋਵੇਂ ਤਰ੍ਹਾਂ ਜ਼ਿੰਮੇਵਾਰ ਇਸ ਗੱਲ 'ਚ, ਅਕਾਲੀ ਵੀ ਅਤੇ ਆਪਣਾ ਸੋਰੀ ਕਾਂਗਰਸ ਵੀ ਅਤੇ BJP। ਜੀ ਜੀ, ਪਰ ਜੋ ਕੁਛ ਹੁੰਦਾ ਰਿਹਾ ਸੰਧੂ ਸਾਹਿਬ, ਤੁਹਾਨੂੰ ਪਤਾ ਸਰਦਾਰ ਮਨਮੋਹਨ ਸਿੰਘ ਸਰਕਾਰ ਵੇਲੇ ਜੋ BJP ਨੇ ਪਾਠ ਅਦਾ ਕੀਤਾ ਸੀ, ਅੱਜ ਉਹਨੂੰ ਉਹਦਾ ਸਾਹਮਣਾ ਕਰਨਾ ਪੈ ਰਿਹਾ ਵਾ ਜੀ। ਹਰ ਵਾਰੀ ਇਹੋ ਕੁਛ ਹੁੰਦਾ ਰਿਹਾ ਸੀ, BJP ਸੈਸ਼ਨ ਚੱਲਣ ਦੇ ਲਈ, ਅੱਜ ਕਾਂਗਰਸ ਵੀ ਚੱਲਣ ਦੇਣ ਲਈ, ਪਰ ਲੋਕਾਂ ਦਾ ਜਿਹੜਾ ਨੁਕਸਾਨ ਲੋਕਾਂ ਦਾ ਹੋ ਰਿਹਾ, ਲੋਕਾਂ ਦੇ ਪੈਸੇ ਖਰਚੇ ਜਾ ਰਹੇ ਆ। ਬਿਲਕੁਲ, ਪਰ ਇਹੋ ਜਿਹਾ ਟਿਟ ਫੋਰ ਟੈਟ ਹੋਣਾ ਨਹੀਂ ਚਾਹੀਦਾ ਜੀ, ਕਿ ਜੇ ਜਿਵੇਂ ਆਉਂਦੇ ਨੇ ਟੂ ਲੌਂਗਸ ਡੋਨਟ ਮੇਕ ਵਨ ਰਾਈਟ। ਹਾਂਜੀ, ਤੁਸੀਂ ਦੇਖੋ ਵੀ ਸਪੀਕਰ ਵੀ ਠੀਕ ਆ, ਜਿੱਦਾਂ ਹੁਣ ਸਰਦਾਰ ਸਾਹਿਬ ਪਹਿਲਾਂ ਕਰ ਰਹੇ ਤੇ ਸਪੀਕਰ ਦੀ ਬੜੀ ਵੱਡੀ ਪੋਸਟ ਹੈਗੀ ਆ, ਪਰ ਸਪੀਕਰ ਵੀ ਇੱਕ ਆਪਣੀ ਪਾਰਟੀ ਨੂੰ ਤੋਂ ਆਵਾਜ਼ ਮਾਰ ਕੇ ਦੱਸਣ ਡਿਆ, ਉਮਾ ਭਾਰਤੀ ਵੀ ਉੱਠ ਕੇ ਬੋਲ, ਕੋਈ ਦੂਜਾ ਪਿਛਲਾ ਬੋਲਦਾ ਬਾਜੋ 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 ਕਰੀ ਜਾਂਦਾ, ਮਤਲਬ ਬਿਲਕੁਲ ਬਿਲਕੁਲ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਹੈਲੋ,
ਅੰਕਲ ਜੀ ਤੁਸੀਂ ਮੇਰਾ ਜਵਾਬ ਨਹੀਂ ਲਿਆ। ਹਾਂਜੀ ਹਾਂਜੀ ਦੱਸੋ ਅੰਕਲ, ਪਤਾ ਇਹਨਾਂ ਨੂੰ ਕੀ ਕਰਨਾ ਚਾਹੀਦਾ ਆ? ਜਿਹੜੇ ਇਹਨਾਂ ਨੇ ਪਾਰਟੀ ਰੂਲ ਜੋ ਬਣਾਏ ਆ ਨਾ, ਉਹਨਾਂ ਵਿੱਚ ਸੋਧ ਕਰਕੇ ਜਿਹੜਾ ਸਪੀਕਰ ਦਾ ਪਦ ਆ ਉਹਦਾ ਰਾਖਵਾਂਕਰਨ ਕਰ ਦੇਣਾ ਚਾਹੀਦਾ ਆ, ਕਿ ਜਦੋਂ ਉਹ ਸਪੀਕਰ ਬਣ ਜਾਂਦਾ ਆ ਜੋ ਪਾਰਟੀ ਤੋਂ ਅਸਤੀਫਾ ਵੀ ਦਿੰਦਾ ਆ, ਕਿ ਉਹਦੇ ਵਿੱਚ ਦੁਬਾਰਾ ਉਸ ਪਾਰਟੀ ਵੱਲੋਂ ਲੜ ਸਕਦਾ। ਸਿਰਫ ਸਪੀਕਰ ਇਕੱਲੇ ਵੀ ਕਰ ਦੇਣਾ ਚਾਹੀਦਾ ਰਾਖਵਾਂਕਰਨ। ਓਕੇ, ਉਹਦੀ ਮਤਲਬ ਅਸ਼ੋਰੈਂਸ ਹੋ ਜਾਵੇ ਵੀ ਉਹ ਉਸੇ ਪਾਰਟੀ ਵੱਲੋਂ ਉਹੀ ਸੀਟ ਦੇ ਉੱਤੇ ਦੁਬਾਰਾ ਉਹਨੂੰ ਟਿਕਟ ਦਿੱਤੀ ਜਾਊਗੀ। ਬਹੁਤ ਵਧੀਆ ਸੁਝਾਵ ਹੈ, ਇਹ ਡੈਫੀਨੇਟਲੀ ਲਾਗੂ ਕੀ ਸਕਦੇ। ਸੁਖਬੀਰ ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਵੀ ਮੈਂ ਜਲਦੀ ਨਾਲ ਗੱਲ ਸੁਣਦਾ। ਹੈਲੋ। ਹੈਲੋ। ਹਾਂਜੀ ਹਾਂਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਸਿੰਘ ਗੱਲ ਪਾਉਣਾ ਟੋਰਾਂਟੋ ਤੋਂ ਜੀ। ਹਾਂਜੀ ਹਾਂਜੀ ਭਾਈ ਸਾਹਿਬ, ਸਮਾਂ ਬੜਾ ਥੋੜ੍ਹਾ ਸੰਖੇਪ ਦੇ ਵਿੱਚ। ਹਾਂਜੀ ਹਾਂਜੀ, ਸਮਾਂ ਥੋੜ੍ਹਾ ਜੀ। ਧੰਨਵਾਦ, ਤੁਸੀਂ ਬਹੁਤ ਵਧੀਆ ਵਧੀਆ ਵਿਸ਼ੇ ਲੈ ਕੇ ਆਉਣੇ ਆ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਪਰ ਮੈਂ ਇੱਕ ਗੱਲ ਹੀ, ਮੈਂ ਟੋਰਾਂਟੋ ਦੇ ਵਿੱਚ ਰਹਿ ਰਿਹਾ ਜੀ। ਹਾਂ ਹਾਂ। ਮੈਂ ਕੀ ਗੱਲ ਕਹਿਣਾ ਚਾਹੁੰਦਾ, ਜਦੋਂ ਲੋਕ ਸਭਾ ਕੀ ਹੁੰਦੀ ਹੈ, ਲੋਕ ਸਭਾ ਜਿਵੇਂ ਆਪਣੇ ਪਰਿਵਾਰਕ ਮਸਲੇ ਹੁੰਦੇ ਆ ਜੀ, ਰਾਈਟ ਜੀ। ਆਪਾਂ ਕੋਈ ਰਿਸ਼ਤੇਦਾਰ ਨਾਤੇ ਆਪਾਂ ਸੁਣ ਸਕਦੇ ਹਾਂ, ਆਪਣੇ ਕੋਈ ਪਰਿਵਾਰਕ ਭਰਾਵਾਂ ਦੇ ਵਿੱਚ ਕੋਈ ਮਸਲਾ ਹੋ ਜਾਂਦਾ ਹੈ, ਰਿਸ਼ਤੇਦਾਰ ਸਕਦੇ ਹਾਂ ਆਪਾਂ ਮਸਲੇ ਵਿੱਚ, ਇਹ ਸੇਮ ਥਿੰਗ ਹੁੰਦੀ ਆ ਜਿਹੜੀ ਮਸਲੇ ਹੁੰਦੇ ਆ ਲੋਕ ਸਭਾ ਦੇ ਵਿੱਚ। ਆਪਾਂ ਸਟੇਟ ਲਈ, ਆਪਾਂ ਦੇਸ਼ ਲਈ ਗੱਲ ਕਰਨੀ ਆ, ਉੱਥੇ ਕੀ ਹੁੰਦਾ, ਇੱਕ ਕੋਈ ਐਮ ਪੀ ਖੜਾ ਹੋ ਕੇ ਇੱਕ ਆਵਾਜ਼ ਉਠਾਉਂਦਾ, ਸਾਰੇ ਐਮ ਪੀ ਮਗਰ ਉੱਠ ਖੜਦੇ ਆ, ਇਹ ਦਿਸ ਇਜ਼ ਰੋਂਗ ਆ ਜੀ। ਉੱਥੇ ਗੱਲ ਸੁਣਨੀ ਚਾਹੀਦੀ, ਗੱਲ ਕਰਨੀ ਚਾਹੀਦੀ ਵੀ ਕਿਹੜੇ ਮਸਲੇ ਕੀ ਗੱਲ ਆ ਨਾ ਜੀ। ਸਪੀਕਰ ਕੋਲ ਇੰਨੀ ਅਥਾਰਟੀ ਹੋਣੀ ਚਾਹੀਦੀ, ਕੋਈ ਗੱਲ ਕਰਦਾ ਕੋਈ ਵੀ ਕਿਸੇ ਪਾਰਟੀ ਦਾ ਮੈਂਬਰ, ਉਹਨੂੰ ਉਹਦੀ ਅਥਾਰਟੀ ਹੋਣੀ ਚਾਹੀਦੀ, ਤੂੰ ਆਊਟ ਆਫ ਗੇਟ, ਰਾਈਟ? ਸਪੀਕਰ ਦੀ ਅਥਾਰਟੀ ਬਿਲਕੁਲ ਹੁੰਦੀ ਜੀ, ਉਹਨਾਂ ਨੇ ਉਹਨਾਂ ਨੇ ਹਰ ਗੱਲ ਹਰ ਬੰਦੇ ਇਸਤੇਮਾਲ ਕਰਨੀ ਹੁੰਦੀ ਆ, ਸਪੀਕਰ ਕੋਲ ਪੂਰੀ ਅਥਾਰਟੀ ਹੁੰਦੀ ਆ, ਉਹਨਾਂ ਨੇ ਸਿਰਫ ਉਹ ਅਥਾਰਟੀ ਇੱਕ ਹੁੰਦਾ ਅਥਾਰਟੀ ਹੁੰਦੀ ਜੀ, ਪਰ ਦੇਖੋ ਜੀ ਉਹਨਾਂ ਦੇ ਟੇਬਲ ਤੱਕ ਬੰਦੇ ਜਾ ਵੜਦੇ ਆ, ਇਹ ਚੀਜ਼ ਚਾਹੀਦੀ ਹੈ ਜੀ। ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਮਿਹਰਬਾਨੀ, ਕੁਝ ਮੈਨੂੰ ਈਮੇਲਸ ਆਈਆਂ ਵਾਂ, ਮੈਂ ਕੋਸ਼ਿਸ਼ ਕਰਦਾ ਵਾਂ ਕਿ ਇੱਕ ਅੱਧੇ ਮਿੰਟ ਦੇ ਵਿੱਚ ਉਹ ਈਮੇਲਸ ਦੇ ਬਾਰੇ ਮੈਂ ਦੱਸ ਦੇਵਾਂ ਵੀ ਲੋਕਾਂ ਨੇ ਕੀ ਕਿਹਾ ਵਾ। ਸ਼ਹਿਰਾਂ ਦੀ ਸਫਾਈ ਦੇ ਮਸਲੇ 'ਤੇ ਸਾਨੂੰ ਬਹੁਤ ਸਾਰੀਆਂ, ਮੈਂ ਜਿਵੇਂ ਦੱਸਿਆ ਵੀ ਈਮੇਲਸ ਆਈਆਂ ਵਾਂ। ਹਰਜਾਪ ਸਿੰਘ ਔਜਲਾ ਹੋਣਾ ਨੇ ਨਿਊ ਜਰਸੀ ਤੋਂ ਇੱਕ ਈਮੇਲ ਭੇਜੀ ਆ, ਉਹਨਾਂ ਦਾ ਵਿਚਾਰ ਹੈ ਕਿ ਅੰਮ੍ਰਿਤਸਰ ਸ਼ਹਿਰ ਦੀ ਸਫਾਈ ਸੱਤਾ 'ਚ ਲੋਕਾਂ ਵਾਸਤੇ ਪ੍ਰਾਇਰਟੀ ਨਹੀਂ ਆ, ਕਿਉਂਕਿ ਇਹਦੇ ਬਾਰੇ ਅੰਮ੍ਰਿਤਸਰ ਬਾਰੇ ਆਪਾਂ ਇੱਕ ਦਿਨ ਗੱਲ ਕੀਤਾ ਸੀ। ਵੈਸੇ ਵੀ ਕੂੜਾ ਸੁੱਟਣ ਵਾਸਤੇ ਲੈਂਡਫਿਲ ਜਿਹੜਾ ਇਸ ਵੇਲੇ ਭਗਤਾਂ ਵਾਲਾ ਰੇਲਵੇ ਸਟੇਸ਼ਨ ਦੇ ਕੋਲ, ਉਹ ਸ਼ਹਿਰ ਤੋਂ ਦੂਰ ਹੋਣਾ ਚਾਹੀਦਾ। ਇਸੇ ਤਰ੍ਹਾਂ ਅਮਰੀਕਾ ਤੋਂ ਇੱਕ ਹੋਰ ਈਮੇਲ ਆਈ ਆ ਅਮਰਜੀਤ ਸਿੰਘ ਗਰੇਵਾਲ ਹੋਣਾ ਤੋਂ, ਉਹ ਲਿਖਦੇ ਨੇ ਕਿ ਇਸ ਸਾਲ ਜਦੋਂ ਉਹ ਫਰਵਰੀ 'ਚ ਭਾਰਤ ਆਏ ਤਾਂ ਉਹਨਾਂ ਨੂੰ ਬੜੂ ਸਾਹਿਬ ਜਾਣ ਦਾ ਮੌਕਾ ਮਿਲਿਆ, ਉਹਨਾਂ ਉੱਥੇ ਗੰਦਗੀ ਨਾਲ ਨਜਿੱਠਣ ਵਾਸਤੇ ਬਹੁਤ ਪੁਖਤਾ ਇੰਤਜ਼ਾਮ ਉੱਥੇ ਦੇਖੇ। ਉੱਥੇ ਗਾਰਬੇਜ ਨੂੰ ਸੈਗਰੀਗੇਟ ਕੀਤਾ ਜਾਂਦਾ ਵਾ, ਇਹੋ ਜਿਹਾ ਇੰਤਜ਼ਾਮ ਬਾਕੀ ਥਾਵਾਂ 'ਤੇ ਵੀ ਹੋਣੇ ਚਾਹੀਦੇ ਆ। ਗਰੇਵਾਲ ਜੀ, ਕੁਝ ਸਾਲ ਪਹਿਲਾਂ ਵੀ ਮੈਨੂੰ ਵੀ ਬੜੂ ਸਾਹਿਬ ਜਾਣ ਦਾ ਮੌਕਾ ਮਿਲਿਆ ਸੀ, ਪਰ ਮੈਂ ਉਸ ਵੇਲੇ ਦੇਖਿਆ ਸੀ ਕਿ ਬੜੂ ਸਾਹਿਬ ਦੇ ਆਪਣੇ ਪ੍ਰਿੰਸਰ ਦੇ ਵਿੱਚ ਤਾਂ ਬਹੁਤ ਸਫਾਈ ਸੀ, ਪਰ ਉੱਥੋਂ ਦਾ ਜਿਹੜਾ ਕਾਫੀ ਗੰਦ ਸੀਗਾ ਉਹ ਨੇੜੇ ਲੱਗਦੀ ਇੱਕ ਵੈਲੀ ਦੇ ਵਿੱਚ, ਉੱਥੇ ਇੱਕ ਵਾਟਰ ਬਾਡੀ ਦੇ ਵਿੱਚ ਸੁੱਟੇ ਜਾਂਦਾ ਸੀ। ਹੋ ਸਕਦਾ ਹੁਣ ਅੱਗੇ ਨਾਲੋਂ ਇੰਤਜ਼ਾਮ ਜਿਹੜੇ ਆ ਉਹ ਬਿਹਤਰ ਹੋ ਗਏ ਹੁਣ। ਮੈਰੀਲੈਂਡ ਤੋਂ, ਮੈਰੀਲੈਂਡ USA ਤੋਂ ਇੱਕ ਹੋਰ ਈਮੇਲ ਆਈ ਆ ਜੋਗਿੰਦਰ ਸੋਢੀ ਹੋਣਾ ਤੋਂ, ਉਹਨਾਂ ਲਿਖਿਆ ਹੈ ਕਿ ਕਿਵੇਂ ਕੁਝ ਚਿਰ ਪਹਿਲਾਂ ਉਹਨਾਂ ਨੇ ਇਹੀ ਮਸਲਾ ਸੁਖਬੀਰ ਸਿੰਘ ਬਾਦਲ ਨੂੰ ਇੱਕ ਈਮੇਲ ਰਾਹੀਂ ਉਹਨਾਂ ਨੇ ਭੇਜਿਆ ਸੀ। ਇਸ ਵਿੱਚ ਉਹਨਾਂ ਨੇ ਗਾਰਬੇਜ ਨੂੰ 3 ਹਿੱਸਿਆਂ 'ਚ ਸੈਗਰੀਗੇਟ ਕਰਨ ਦਾ ਸੁਝਾਅ ਦਿੱਤਾ ਸੀ। ਇਸ ਮਸਲੇ 'ਤੇ ਉਹਨਾਂ ਜਿਹੜਾ ਸੁਝਾਅ ਆ ਉਹਦੇ 'ਤੇ ਕੀ ਬਣਿਆ, ਇਹਦੇ ਬਾਰੇ ਸਾਨੂੰ ਬਹੁਤੀ ਜਾਣਕਾਰੀ ਇਸ ਵੇਲੇ ਨਹੀਂ ਹੈ, ਕਿਉਂਕਿ ਹੁਣ ਸਮਾਂ ਖਤਮ ਹੋ ਰਿਹਾ। ਅੱਜ ਇੰਨਾ ਹੀ, ਹੁਣ ਆਪਾਂ ਕੱਲ੍ਹ ਫਿਰ ਮਿਲਾਂਗੇ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।